ਕ੍ਰਾਈਮ ਏਸ਼ੀਆ ਟੈਲੀਵਿਜ਼ਨ ਵੇਖ ਰਹੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਪ੍ਰਾਈਮ ਟਾਈਮ ਵਿਦ ਬੈਨੀਪਾਲ ਵਿੱਚ ਤੁਹਾਡਾ ਸਭਨਾਂ ਦਾ ਹਾਰਦਿਕ ਸਵਾਗਤ ਹੈ। ਦੋਸਤੋ, ਅੱਜ ਇੱਕ ਗਾਇਕ ਅਤੇ ਗੀਤਕਾਰ ਪ੍ਰਾਈਮ ਏਸ਼ੀਆ ਦੇ ਸਟੂਡੀਓ ਵਿੱਚ ਨੇ, ਜਿਨ੍ਹਾਂ 'ਚ ਬਹੁਤ ਸਾਰੇ ਗੀਤ ਤੁਸੀਂ ਉਹਨਾਂ ਦੀ ਜ਼ੁਬਾਨੀ ਅਤੇ ਆਪਣੇ ਸਮੇਂ ਦੇ ਸੁਪਰ ਸਟਾਰ ਜਿਹੜੇ ਚੜ੍ਹਦੀ ਵਰੇਸ ਦੇ ਵਿੱਚ ਹੀ ਇਸ ਸੰਸਾਰ ਨੂੰ ਅਲਵਿਦਾ ਆ ਕੇ ਰੋਮੀ ਗਿੱਲ ਹੋਰਾਂ ਦੇ ਹਿੱਸੇ ਆਏ ਗਾਉਣ ਵਾਸਤੇ। ਅੱਜ ਉਹ ਗਾਇਕ ਅਤੇ ਗੀਤਕਾਰ ਪ੍ਰਾਈਮ ਏਸ਼ੀਆ ਦੇ ਸਟੂਡੀਓ ਵਿੱਚ ਆਇਆ ਅਤੇ ਤੁਹਾਡੇ ਨਾਲ ਬਹੁਤ ਸਾਰੀਆਂ ਦਿਲ ਦੀਆਂ ਗੱਲਾਂ ਬਾਤਾਂ ਕਰਨ ਵਾਸਤੇ ਆਇਆ ਹੈ। ਆਓ ਇਸ ਫਨਕਾਰ ਨੂੰ, ਇਸ ਗੀਤਕਾਰ ਨੂੰ ਜੀਆਂ ਨੂੰ ਆਖੀਏ ਅਤੇ ਫਿਰ ਗੱਲਾਂ ਬਾਤਾਂ ਕਰੀਏ। ਆਓ ਦੀਪਕ ਬਿਲਾਸਪੁਰੀ ਜੀ, ਜੀਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਪ੍ਰਾਈਮ ਏਸ਼ੀਆ ਟੀ ਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਪ੍ਰਾਈਮ ਏਸ਼ੀਆ ਦੀ ਪੂਰੀ ਟੀਮ ਦਾ, ਦਵਿੰਦਰ ਬੈਨੀਪਾਲ ਭਾਅ ਜੀ ਹੁਣ ਦਾ ਤੁਹਾਡਾ ਬਹੁਤ ਬਹੁਤ ਥੈਂਕਸ ਜੀ। ਦੀਪਾ ਬਿਲਾਸਪੁਰੀ ਪੰਜਾਬੀ ਗਾਇਕੀ ਵਿੱਚ, ਪੰਜਾਬੀ ਗੀਤਕਾਰੀ ਦੇ ਵਿੱਚ ਇੱਕ ਚੰਗਾ ਨਾਂ ਹੈ। ਹਾਂਜੀ ਹਾਂਜੀ। ਮੈਨੂੰ ਇਹ ਦੱਸਿਓ, ਸਭ ਤੋਂ ਪਹਿਲਾਂ ਤੁਸੀਂ ਜਿਹੜਾ ਗੀਤ ਲਿਖਿਆ ਸੀ ਉਹ ਕਿਸ ਕਲਾਕਾਰ ਨੇ ਗਾਇਆ ਤੁਹਾਡਾ? ਸਭ ਤੋਂ ਪਹਿਲਾਂ ਗਾਣਾ ਸੀ ਮੇਰਾ ਜੀ, ਤੈਨੂੰ ਚੇਤੇ ਕਰਕੇ ਹਾਂ ਦੀ ਰਾਤੀਂ ਦਾਰੂ ਪੀ ਕਰੋ ਨਹੀਂ, ਰੋਮੀ ਗਿੱਲ ਨੇ ਗਾਇਆ, ਰੋਮੀ ਗਿੱਲ ਨੇ ਗਾਇਆ ਸੀ। ਹਾਂਜੀ ਹਾਂਜੀ। ਕਿਸਨ ਢਿੱਲ ਦਾ ਮਿਊਜ਼ਿਕ ਸੀ ਇਹਨਾਂ ਦਾ। ਉਹਦੇ 'ਚ ਉਹ ਅਪਰੋਚ ਕਿਵੇਂ ਹੋਈ ਰੋਮੀ ਗਿੱਲ ਤੱਕ ਦੀ? ਉੱਥੇ ਜੀ ਮੇਰਾ ਰਿਲੇਟਿਵ ਸੀ ਜਿੰਦਰ ਜਿੰਦਾ। ਅੱਛਾ ਜੀ। ਜਿਹਨਾਂ ਦਾ ਗਾਣਾ ਇਸ਼ਕ ਨੇ ਆਸਾਨ ਕਿ ਜੋਗੀ ਬਣਨਾ ਪੈਂਦਾ ਸੀ, ਉਹਨਾਂ ਦੇ ਜ਼ਰੀਏ ਨਾਲ ਮੈਂ ਉੱਥੇ ਪਹੁੰਚਿਆ ਉਹਨਾਂ ਨਾਲ। ਰੋਮੀ ਹੁਣਾਂ ਨਾਲ ਗੱਲਬਾਤ? ਹਾਂਜੀ ਹਾਂਜੀ ਹਾਂਜੀ। ਰੋਮੀ ਹੁਣਾਂ ਨੇ ਆਪ ਸਿਲੈਕਟ ਕੀਤਾ? ਹਾਂਜੀ ਹਾਂਜੀ, ਉਹ ਕਿਸਨ ਢਿੱਲ ਦੇ ਮਾਲਕ ਨੇ ਆਪ ਸਿਲੈਕਟ ਕੀਤਾ ਗਾਣਾ ਮੇਰਾ, ਕਹਿੰਦੇ ਵਧੀਆ ਗਾਣਾ। ਅੱਛਾ। ਦੋਨਾਂ ਟਾਈਮ ਜ਼ਮਾਨੇ ਨੇ ਇੱਕ 100 ਰੁਪਏ ਦਿੱਤੇ ਉਹਨਾਂ ਨੇ। ਇਹ ਕਿਹੜੇ ਸਾਲ ਦੀ ਗੱਲ ਹੈ ਜੀ? ਇਹ 2003 ਦੀ ਗੱਲ ਹੈ ਜੀ। 2003? ਹਾਂਜੀ ਹਾਂਜੀ। ਅਤੇ ਜਦੋਂ ਇਹ ਗੀਤ ਤੁਹਾਡਾ ਰਿਕਾਰਡ ਹੋ ਗਿਆ, ਹਾਂਜੀ ਹਾਂਜੀ, ਇਹਦੀ ਜਿਹੜੀ ਤਰਜ ਆ, ਜਿਹੜੀ ਕੰਪੀਟੀਸ਼ਨ, ਉਹ ਤੁਹਾਡੀ ਆ ਜਾਂ ਰੋਮੀ ਹੁਣਾਂ ਦਾ? ਇਹਨੇ ਬਣਾਈ ਸੀ ਆਪ ਹੀ। ਉਹਨੇ ਆਪ ਬਣਾਈ ਸੀ? ਹਾਂਜੀ ਹਾਂਜੀ। ਕਦੇ ਗਾਇਆ ਬਾਅਦ 'ਚ ਤੁਸੀਂ ਆਪ ਵੀ? ਮੈਂ ਗਾਇਆ। ਹਾਂਜੀ ਹਾਂਜੀ। ਗਾਓਗੇ? ਨਾ ਚੱਲਦਾ ਸਾਡਾ ਜੋਰ ਕੋਈ, ਨਾ ਤੂੰ ਹੀ ਸਾਡੀ ਹੋਈ ਨੀ, ਤੇਰੀ ਯਾਦ 'ਚ ਅੱਖੀਆਂ ਭਰ ਜਾਵਣ, ਨਾ ਚੁੱਪ ਕਰਾਵੇ ਕੋਈ ਨੀ, ਫੋਟੋ ਲਾ ਕੇ ਸੀਨੇ ਨਾਲ ਤੇਰੀ, ਫੋਟੋ ਲਾ ਕੇ ਸੀਨੇ ਨਾਲ ਤੇਰੀ, ਅਸੀਂ ਦਿਲ ਦੇ ਦਰਦ ਸਮੋਏ ਨੀ, ਤੈਨੂੰ ਚੇਤੇ ਕਰਕੇ ਹਾਣ ਦੀਏ, ਰਾਤੀਂ ਦਾਰੂ ਪੀ ਕੇ ਰੋਏ ਨੀ, ਤੈਨੂੰ ਚੇਤੇ ਕਰਕੇ ਹਾਣ ਦੀਏ, ਰਾਤੀਂ ਦਾਰੂ ਪੀ ਕੇ ਰੋਏ ਨੀ। ਬਹੁਤ ਅੱਛੇ। ਅੱਛਾ, ਜਦੋਂ ਇੱਕ ਕਿਸੇ ਚੰਗੇ ਗਾਇਕ ਕੋਲ ਜਿਹੜਾ ਉਸ ਵਕਤ ਸਟਾਰ ਹੋਵੇ, ਉਹਦੇ ਕੋਲ ਗੀਤ ਰਿਕਾਰਡ ਹੋ ਜਾਵੇ, ਹਾਂਜੀ ਹਾਂਜੀ, ਫਿਰ ਬਹੁਤ ਸਾਰੇ ਲੋਕ ਨਵੇਂ ਵੀ ਅਤੇ ਹਿੱਟ ਵੀ ਗੀਤ ਮੰਗਣ ਲੱਗ ਜਾਂਦੇ ਨੇ, ਗੀਤ ਦੀ ਮੰਗ ਹੋਈ ਦੁਬਾਰਾ ਮੁੜ? ਕਾਫੀ ਹੋਈ। ਹਾਂਜੀ ਹਾਂਜੀ। ਦਿੱਤੇ ਲੋਕਾਂ ਨੂੰ ਪੁਰਾਣ ਦਿੱਤੇ ਗਾਣੇ ਮੈਂ? ਹਾਂਜੀ ਹਾਂਜੀ, ਕਿਉਂਕਿ ਜੇ ਉਦੋਂ ਕੋਈ ਦੇ ਨਹੀਂ ਰਿਹਾ ਸੀ ਖਰਚਾ, ਕਿਉਂਕਿ ਮੈਂ ਵੀ ਉਦੋਂ ਬੜਾ ਸੀ, ਪੂਅਰ ਫੈਮਿਲੀ 'ਚੋਂ ਮੈਂ, ਠੀਕ ਹੈ ਨਾ, ਮਿਡਲ ਫੈਮਿਲੀ 'ਚੋਂ ਹਾਂ, ਪਰ ਕੋਈ ਹੈਲਪ ਕਰਨ ਨੂੰ ਤਿਆਰ ਨਹੀਂ, ਇਸੇ ਕਰਕੇ ਮੈਂ ਆਪ ਸ਼ੁਰੂ ਕਰਕੇ ਗਾਉਣਾ। ਅੱਛਾ ਜੀ। ਹਾਂਜੀ ਹਾਂਜੀ। ਅਤੇ ਫਿਰ ਕਿਹੜੇ ਸਾਲ 'ਚ ਆਪ ਤੋਂ ਚੱਕ ਲਿਆ? ਮੈਂ 2005 'ਚ। ਨੇੜੇ? ਹਾਂਜੀ ਹਾਂਜੀ। ਕਿਹੜਾ ਗੀਤ ਕੀਤਾ ਉਸ ਟਾਈਮ? ਅਸੀਂ ਕਹਿੰਦੇ ਹੁੰਦੇ ਸੀ ਇਕੱਠੇ, ਜਿਹਨੂੰ ਕਿ ਮੈਂ ਤੁਹਾਨੂੰ ਦੱਸਦਾ, ਪ੍ਰੀਤ ਹਰਪਾਲ ਜੀ, ਅਸੀਂ ਇਕੱਠੇ ਸੁਣਦੇ ਰਹੇ ਜੀ। ਅੱਛਾ। ਉਹਨਾਂ ਵੇਲੇ ਦੀ ਗੱਲ, ਮੇਰੇ ਮਾਮਾ ਜੀ ਆ ਰਣਜੀਤ ਮਣੀ ਸਾਹਿਬ ਜੀ, ਅਸੀਂ ਉਹਨਾਂ ਦੇ ਦਫ਼ਤਰ 'ਚ ਹੁੰਦੇ ਸੀ ਉੱਥੇ ਜੀ, ਠੀਕ ਹੈ। ਅੱਛਾ ਅੱਛਾ। ਪ੍ਰੀਤ ਹਰਪਾਲ ਜੀ ਅਤੇ ਬਾਈ ਧਰਮਵੀਰ, ਉਹਨਾਂ ਵੇਲੇ ਸੀ, ਨਵੇਂ ਨਵੇਂ ਬਣੇ ਉਸ ਟਾਈਮ। ਹਾਂਜੀ ਹਾਂਜੀ। ਸਾਥੋਂ ਥੋੜ੍ਹਾ ਪਹਿਲਾਂ ਮੈਂ ਵੱਧ ਗਿਆ ਨੀ ਕਿ ਭਾਈ ਹੁਣ ਪਹਿਲਾਂ ਹੁੰਦੇ ਸੀ ਉੱਥੇ। ਅੱਛਾ ਜੀ। ਪ੍ਰੀਤ ਹਰਪਾਲ, ਜਸ਼ਨਦੀਪ, ਬਲਵੀਰ ਬੁੱਪਾ ਭਾਅ ਜੀ, ਹੁਣ ਬੁੱਪਰਾਜ ਜੀ ਜੀ, ਬੁੱਪਰਾਜ ਦੀ ਬਦੌਲਤ ਮੈਂ ਜਾਣੀ ਕਿ ਦਲਜੀਤ ਭਾਅ ਜੀ ਲੱਗਾ ਸੀਗਾ। ਕੋਰਸ ਦਲਜੀਤ ਨਾਲ ਵੀ ਕੰਮ ਕੀਤਾ? ਹਾਂਜੀ ਹਾਂਜੀ, 2 ਸਾਲ ਲਾਏ ਮੈਂ ਉਹਨਾਂ ਨਾਲ ਭਾਅ ਜੀ। ਹੁਣ ਉਹਨਾਂ ਨਾਲ ਕੀ ਕਰਦੇ ਸੀ? ਕੋਰਸ ਬੋਲਦੇ ਹੁੰਦੇ ਸੀ ਬੈਕ 'ਤੇ? ਹਾਂਜੀ ਬੈਕ 'ਤੇ। ਅਤੇ ਉਦੋਂ ਮੈਨੂੰ ਬਲਵੀਰ ਭਾਅ ਜੀ ਲਵਾਇਆ ਸੀਗਾ ਉਹਨਾਂ ਨਾਲ ਹੀ। ਅੱਛਾ। ਹਾਂਜੀ ਹਾਂਜੀ। ਅਤੇ ਫਿਰ 2005 ਦੇ ਵਿੱਚ, 5 ਦੇ ਵਿੱਚ ਮੇਰੀ ਟੇਪ ਆਈ ਸੀ, ਕੈਮਰਾ ਕੈਮਰਾ ਸਾਡੇ ਵੱਲੋਂ ਕੈਮਰਾ ਘੁਮਾਈ ਮੁੰਡਿਆ। ਗੀਤ ਕਿਹੋ ਜਿਹਾ ਸੀ? ਇਹ ਕਾਫੀ ਪੁਰਾਣਾ ਹੋ ਗਿਆ, ਹੁਣ ਮੈਨੂੰ ਯਾਦ ਨਹੀਂ ਹੈ। ਕੋਈ ਗੀਤ ਯਾਦ ਹੈ ਜੀ ਉਹਨਾਂ ਵੇਲੇ ਦਾ? ਉਹਨਾਂ ਵੇਲੇ ਯਾਦ ਹੈਗਾ ਮੈਨੂੰ। ਜਿਹੜਾ ਗੀਤ ਯਾਦ ਆ ਉਹ ਸੁਣਾਓ ਜੀ। ਮੇਰਾ ਗਾਣਾ ਹੈ ਸਲਾਮਾ। ਅੱਛਾ ਜੀ। ਮਿਹਨਤ ਕਰੀਏ ਬਈ ਦਿਲ ਲਾ ਕੇ, ਰੱਖੀਏ ਸੰਗਾ ਸ਼ਰਮਾ ਲਾ ਕੇ, ਮਿਹਨਤ ਕਰੀਏ ਬਈ ਦਿਲ ਲਾ ਕੇ, ਰੱਖੀਏ ਸੰਗਾ ਸ਼ਰਮਾ ਲਾ ਕੇ, ਇਹ ਭੈੜੀ ਚੰਦਰੀ ਦੁਨੀਆ ਸਾ ਸਾ ਗੱਲਾਂ ਕਰਦੀ ਏ, ਫਿਰ ਲੋਕੀ ਕਰਨ ਸਲਾਮਾਂ ਬਈ ਜਦ ਗੁੱਡੀ ਚੜ੍ਹਦੀ ਏ, ਫਿਰ ਲੋਕੀ ਕਰਨ ਸਲਾਮਾਂ ਬਈ ਜਦ ਗੁੱਡੀ ਚੜ੍ਹਦੀ ਏ। ਅੱਛਾ, ਜਦੋਂ ਇਹ ਗੀਤ ਤੁਹਾਡਾ ਆਇਆ, ਹਾਂਜੀ ਹਾਂਜੀ, ਇਹ ਵੀ 2005 ਉਸੇ ਟੇਪ ਦਾ ਗੀਤ ਹੈ ਜੀ? ਹਾਂਜੀ ਹਾਂਜੀ। ਅੱਛਾ, ਇਹ ਗੀਤ ਆਉਣ ਤੋਂ ਬਾਅਦ ਆਲੇ ਦੁਆਲੇ ਕੋਈ ਮਾੜੀ ਮੋਟੀ ਚਰਚਾ ਹੋ ਗਈ ਜਾਂ ਨਹੀਂ? ਚਰਚਾ ਹੋ ਗਈ ਸੀ। ਹਾਂਜੀ ਹਾਂਜੀ। ਤਾਂ ਹੀ ਅੱਗੇ ਮੈਂ ਹੌਲੀ ਹੌਲੀ ਕੰਟੀਨਿਊ ਗਾਣੇ ਯਾਨੀ ਕਿ ਕਰਦਾ ਆ ਰਿਹਾ। ਅੱਛਾ ਜੀ। ਹਾਂਜੀ ਹਾਂਜੀ। ਫਿਰ ਪਿੱਛੇ ਮੇਰਾ ਗਾਣਾ ਸੀ ਚਾਰ ਕੜੇ, ਤੀਸਰੀ ਕੰਪਨੀ ਤੋਂ ਆਇਆ ਸੀਗਾ, ਇੱਕ ਅੱਧਾ ਗੀਤ ਹਿੱਟ ਹੋ ਰਹਿਣ ਦੇ। ਹਾਂਜੀ ਹਾਂਜੀ, ਇੱਕ ਅੱਧਾ ਗਾਣਾ ਹਿੱਟ ਹੋਣ ਦੇ ਕਰਨੀ, ਚਾਰ ਕੜਿਆਂ ਵਾਲੇ ਦੇ ਅਧਿਕਾਰ ਨਹੀਂ। ਅੱਛਾ, ਉਹ ਤੋਂ ਬਾਅਦ ਮੈਨੂੰ ਦੱਸਿਓ, ਜਦੋਂ 2005 ਦੇ ਵਿੱਚ ਤੁਸੀਂ ਆਪ ਗਾਉਣ ਲੱਗ ਪਏ, ਹਾਂਜੀ ਹਾਂਜੀ, ਪ੍ਰੋਗਰਾਮ ਵਗੈਰਾ ਸੱਚ ਦੱਸਿਓ ਮਿਲਣ ਲੱਗੇ ਜਾਣਾ? ਹਾਂਜੀ। ਨਹੀਂ, ਪਰ ਉਹ ਬਹੁਤ ਘੱਟ ਸੀਗੇ, ਯਾਨੀ ਕਿ ਮੇਲੇ ਮੇਲੇ ਲਾ ਲਏ ਸੀਗੇ, ਜਿਵੇਂ ਕੋਈ ਯਾਰ ਦੋਸਤ ਹੁੰਦੇ ਸੀ ਉਹਨਾਂ ਚੱਲਦੇ ਸੀ ਉਹਨਾਂ ਪ੍ਰੋਪਰ। ਅੱਛਾ। ਹਾਂਜੀ ਹਾਂਜੀ, ਪ੍ਰੋਪਰ ਤਾਂ ਨਹੀਂ ਸੀ ਨਿੱਕੇ, ਕਿਉਂਕਿ ਜਿਹਨਾਂ ਦਾ ਇੱਕ ਪ੍ਰੋਪਰ ਕਲਾਕਾਰ ਦਾ ਨਾਂ ਨਹੀਂ ਬਣਦਾ ਉਨੀ ਦੇਰ ਕੋਈ ਪੁੱਛਦਾ ਨਹੀਂ, ਭਾਵੇਂ ਜਿੰਨਾ ਮਰਜ਼ੀ ਵਧੀਆ ਕਿਸੇ ਨਾਮ ਵਰਤੋਂ ਵਧੀਆ ਗਾਉਂਦਾ ਹੋਵੇ। ਅੱਜ ਵੀ ਇਹ ਗੱਲ ਸੱਚੀ ਹੈ, ਲੋਕ ਚੜ
ਇਹ ਗੀਤ ਦਿਲਜੀਤ ਕੋਲ ਜਾਣ ਤੋਂ ਪਹਿਲਾਂ ਤੁਸੀਂ ਰਿਕਾਰਡ ਕਰਦੇ ਪਹਿਲਾਂ 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 ਤਾਂ ਹੋਇਆ ਤਾਂ ਅੱਛਾ ਪਹਿਲਾਂ ਕੀਤੇ ਹਾਂਜੀ ਹਾਂਜੀ ਤਾਂ ਪਹਿਲਾਂ ਹੋਇਆ ਸੀ ਅਤੇ ਫਿਰ ਦਿਲਜੀਤ ਹੋਣਾ ਨਾਲ ਸਫ਼ਰ 2 ਸਾਲ ਕੀਤਾ ਹਾਂਜੀ ਡੇਢ ਤੋਂ ਮੈਂ 2 ਸਾਲ ਲਾਏ ਹਾਂਜੀ ਹਾਂਜੀ ਉਹ ਕਿਵੇਂ ਰਿਹਾ ਸਾਰਾ ਬਹੁਤ ਵਧੀਆ ਰਿਹਾ ਕੀ ਸਿੱਖੇ ਉੱਥੋਂ ਸਿੱਖਿਆ ਵੀ ਕਿੱਦਾਂ ਤੁਸੀਂ ਸਟੇਜ 'ਤੇ ਖੜ੍ਹਨਾ ਕਿੱਦਾਂ ਗੱਲਬਾਤ ਕਰਨੀ ਕਿਹੜਾ ਗਾਣਾ ਪਹਿਲਾਂ ਲਾਉਣਾ ਹੈਗਾ ਕਿਹੜਾ ਬਾਅਦ 'ਚ ਲਾਉਣਾ ਮੌਕੇ ਦੇ ਅਨੁਸਾਰ ਜਾਣੀ ਕਿ ਹਾਂਜੀ ਹਾਂਜੀ ਉਹ ਸਿੱਖਿਆ ਇਹਨਾਂ ਨਾਲ ਗੱਲਬਾਤ ਕਰਨੀ ਸਟੇਜ 'ਤੇ ਤੁਸੀਂ ਕਿੱਦਾਂ ਜਾਣਾ ਕਿੱਦਾਂ ਕੱਪੜੇ ਪਾਉਣੇ ਆ ਕੀ ਡਰੈਸਾਂ ਬੜਾ ਕੁਛ ਸਿੱਖਿਆ ਮੈਂ ਭਾਅ ਜੀ ਹੋਣਾਂ ਕੋਲੋਂ ਅੱਛਾ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਦਿਲਜੀਤ ਆਮ ਲੋਕਾਂ ਨਾਲ ਗੱਲ ਨਹੀਂ ਕਰਦਾ ਤੁਸੀਂ 2 ਸਾਲ ਉਹਨਾਂ ਨਾਲ ਬਿਤਾਏ ਨੇ ਕਿਹੋ ਜਿਹੇ ਇਨਸਾਨ ਨੇ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਚੰਗੇ ਨੇ ਹਾਂਜੀ ਹਾਂਜੀ ਬਹੁਤ ਵਧੀਆ ਜਿਸ ਤਰ੍ਹਾਂ ਤੁਸੀਂ 2 ਸਾਲ ਬਿਤਾਏ ਤੁਸੀਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹਾਂਜੀ ਹਾਂਜੀ ਆਮ ਤੌਰ 'ਤੇ ਉਹਨਾਂ ਦਿਨਾਂ ਦੇ ਵਿੱਚ ਕਦੇ ਕਦਾਈ ਤੁਹਾਡੇ ਗੀਤ ਪਹਿਲਾਂ ਮਾਰਕੀਟ ਵਿੱਚ ਆਏ ਸੀ ਕਦੇ ਕੋਈ ਕਿਤੋਂ ਸੁਨੇਹਾ ਆ ਜਾਂਦਾ ਸੀ ਕਿ ਅਸੀਂ ਦੀਪਾ ਬਿਲਾਸਪੁਰੀ ਬੁੱਕ ਕਰਨਾ ਜਾਂ ਬਿਲਕੁਲ ਨਹੀਂ ਸੀ ਆਉਂਦਾ ਆਉਂਦਾ ਸੀਗਾ ਜੀ ਕੀ ਕਰਦੇ ਸੀ ਫਿਰ ਮੇਲੇ ਮੁੱਲੇ ਹੁੰਦੇ ਜਿਵੇਂ ਕਿ ਲਵਾਉਣਾ ਕਿਸੇ ਨੇ ਦਿਲਜੀਤ ਨੂੰ ਜਵਾਬ ਦਿੰਦੇ ਸੀ ਉਹ ਛੁੱਟੀ ਕਰ ਲੈਂਦੇ ਸੀ ਹਾਂਜੀ ਹਾਂਜੀ ਅੱਛਾ ਉਹਨਾਂ ਨੂੰ ਕੋਈ ਇਤਰਾਜ਼ ਤਾਂ ਨਹੀਂ ਹੁੰਦਾ ਨਹੀਂ ਵਿੱਚ ਦੀ ਕਿ ਛੁੱਟੀ ਹੋਈ ਕਰ ਲੈਂਦੇ ਵੀ ਮਾਰਦੇ ਹਬਾਨਾ ਮਾਰਦੇ ਸੀ ਅੱਜ ਮੈਂ ਮਾਰਾਂ ਅੱਛਾ ਮੈਂ ਜਾਣੀ ਕਿ ਭਾਜੀ ਨੇ ਮੈਨੂੰ ਛੱਡਣੇ ਦਿੰਦੇ ਸੀ ਮੈਨੂੰ ਨਾ ਨੱਕ ਦੀ ਥੋੜ੍ਹੀ ਪ੍ਰੋਬਲਮ ਸੀਗੀ ਅੱਛਾ ਜੀ ਅਤੇ ਨੱਕ ਦੀ ਹੱਡੀ ਵਧੀ ਸੀਗੀ ਮੈਂ ਆਪ ਖੁਦ ਜੋਰ ਦਿੱਤਾ ਭਾਜੀ ਹੁਣ ਨੂੰ ਵੀ ਮੈਂ ਭਾਜੀ ਮੈਥੋਂ ਨਾ ਪ੍ਰੋਪਰ ਨਹੀਂ ਗਾਇਆ ਜਾਂਦਾ ਮੈਂ ਕਿਹਾ ਅੱਛਾ ਅਤੇ ਉਹ ਤਾਂ ਮੈਨੂੰ ਕਹਿੰਦੇ ਕਹਿੰਦਾ ਕੋਈ ਚੱਕਰ ਨਹੀਂ ਲੱਗਾ ਰਿਹਾ ਕਹਿੰਦੇ ਅਤੇ ਫਿਰ ਉਸ ਟਾਈਮ ਮੁੰਡਾ ਫਿਰ ਹੋਰ ਰੱਖ ਲਿਆ ਸੀ ਕੋਈ ਉਹਨਾਂ ਨੇ ਹਾਂਜੀ ਕੋਰਸ 'ਤੇ ਹਾਂਜੀ ਹਾਂਜੀ ਫਿਰ ਮੈਂ ਪ੍ਰੋਪਰ ਆਪਣੇ ਪੱਕੇ ਪਰ ਇੱਧਰ ਗਾਇਕੀ ਵਾਲੀ ਹੋ ਗਏ ਸੀ ਆਪਣੀ ਵਾਲੀ ਅੱਛਾ ਜਦੋਂ ਤੁਸੀਂ ਲਗਭਗ 2007 'ਚ ਛੱਡਿਆ 8 'ਚ ਸੱਤ 8 ਵਿੱਚ ਗੱਲ ਹਾਂਜੀ ਹਾਂਜੀ 8 'ਚ ਛੱਡ ਦਿੱਤਾ ਹਾਂਜੀ ਹਾਂਜੀ ਫਿਰ ਉਹਦੇ ਤੋਂ ਬਾਅਦ ਤੁਸੀਂ ਆਪਰੇਸ਼ਨ ਕਰਵਾਇਆ ਹੋਣਾ ਹਾਂਜੀ ਹਾਂਜੀ ਆਪਰੇਸ਼ਨ ਕਰਵਾਇਆ ਫਿਰ ਕੰਮ ਚੱਲ ਪਿਆ ਫਿਰ ਚੱਲ ਪਿਆ ਸੀ ਮੈਂ ਆਪਣੇ ਵਧੀਆ ਆਪਣੇ ਕੀਤੇ ਗਾਣੇ ਫਿਰ ਮੈਂ TCG ਗਾਣੇ 'ਚ ਆਇਆ ਸੀ ਮੇਰਾ ਕਿਹੜਾ ਜੀ 4 ਕੜੇ 1 ਅੱਧਾ ਗਾਣਾ ਹਿੱਟ ਹੁਣ ਦੇਰ ਕਰਨੇ 4 ਕੜਿਆਂ ਵਾਲੇ ਇਹ ਤਾਂ ਮੈਨੂੰ ਲੱਗਦਾ ਕਿਤੇ 2008 ਤੋਂ ਬਾਅਦ ਬਹੁਤ ਦੇਰ ਬਾਅਦ 'ਚ ਆਇਆ ਜਾ ਕੇ ਇਹ ਆਇਆ ਸੀ 10 ਦੀ ਗੱਲ ਹੈ ਹਾਂ 10 ਦੀ ਹਾਂਜੀ 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 ਤੇ ਆਉਣ ਦਿਓ ਜੀ ਫਿਰ ਰੱਬ ਨੇ ਜੇ ਸੁਣ ਲਈ ਬਣਾ ਦੂੰ ਬਿੱਲੋ ਤਾਜ ਤੇਰੇ ਮੇਰੇ ਪਿਆਰ ਵਾਲਾ ਖੁੱਲ ਜਾਣਾ ਰਾਜ ਰੱਬ ਨੇ ਜੇ ਸੁਣ ਲਈ ਬਣਾ ਦੂੰ ਬਿੱਲੋ ਤਾਜ ਤੇਰੇ ਮੇਰੇ ਪਿਆਰ ਵਾਲਾ ਖੁੱਲ ਜਾਣਾ ਰਾਜ ਔਖੀ ਸੌਖੀ ਦਿਨ ਕੱਟ ਚਾਰਨੀ 1 ਅੱਧਾ ਗਾਣਾ ਹਿੱਟ ਹੋਣ ਦੇਰ ਕਾਨੇ 4 ਕੜਿਆਂ ਵਾਲੀ ਮੈਂ ਲੈ ਦੂੰ ਕਾਰਨੀ 1 ਅੱਧਾ ਗਾਣਾ ਹਿੱਟ ਹੋਣ ਦੇਰ ਕਾਨੇ 4 ਕੜਿਆਂ ਵਾਲੀ ਮੈਂ ਲੈ ਦੂੰ ਕਾਰਨੀ ਬਹੁਤ ਅੱਛੇ ਅੱਛਾ ਜਦੋਂ ਇਦਾਂ ਦੇ ਗੀਤ ਇਹਦੇ ਆਡੀਓ ਇਹਦਾ ਵੀਡੀਓ ਤੁਸੀਂ ਕਾਫੀ ਪੈਸੇ ਲਾ ਕੇ ਕੀਤਾ ਹੋਣਾ ਹਾਂਜੀ 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 ਇਹਦੀ ਰਿਟਰਨ ਹੋਈ ਕੋਈ ਜਾਣਾ ਨਹੀਂ ਨਹੀਂ ਜੀ ਕੋਈ ਰਿਟਰਨ ਅੱਜ ਕੱਲ੍ਹ ਬਹੁਤ ਘੱਟ ਹੈ ਜੀ ਪੈਸੇ ਲਾਈ ਚੱਲੋ ਬਸ ਕਿਉਂਕਿ ਪ੍ਰੋਮੋ ਵੀ ਪ੍ਰੋਪਰ ਨਹੀਂ ਪੈਂਦੇ ਅੱਛਾ ਜਦੋਂ ਪ੍ਰੋਗਰਾਮ ਵੀ ਨਹੀਂ ਪੈਂਦੇ ਉਹਦੀ ਰਿਟਰਨ ਵੀ ਨਹੀਂ ਹੁੰਦੀ ਫਿਰ ਆਪਾਂ ਇਹ ਕਿੱਤਾ ਛੱਡ ਕੋਈ ਹੋਰ ਕਿਉਂ ਨਹੀਂ ਅਪਣਾਉਂਦੇ ਮੇਰਾ ਸ਼ੌਂਕ ਹੈ ਜੀ ਕੁਛ ਵੀ ਵਾਹਿਗੁਰੂ ਸੁੱਖ ਰੱਖੇ ਮੈਨੂੰ ਉਮੀਦ ਆ ਗਈ ਚਲੋ ਇੱਕ ਨਾ ਇੱਕ ਦਿਨ ਹਿੱਟ ਹੋਊਗਾ ਹਿੱਟ ਹੋਊਗਾ 4 ਕੜਿਆਂ ਵਾਲੀ ਕਾਰ ਲੈ ਕੇ ਦੇਵਾਂਗੇ ਕੋਈ ਵੀ ਬੰਦਾ ਮਿਹਨਤ ਕਰਦਾ ਜਾਣ ਕੇ ਆਪਾਂ ਲਗਨ ਨਾਲ ਕੰਮ ਕਰੀਏ ਇੱਕ ਨਾ ਇੱਕ ਦਿਨ ਜ਼ਰੂਰ ਮੰਜ਼ਿਲ ਮਿਲਦੀ ਸਾਨੂੰ ਇਹ ਦਰੁਸਤ ਹੈ ਹਾਂਜੀ ਕਹਿੰਦੇ ਭਜਾਈ ਚੱਲ ਘੋੜਾ ਕਦੇ ਦਾ ਪਿੰਡ ਆਊਗਾ ਕਦੇ ਮੈਂ ਸੋਚਿਆ ਨਹੀਂ ਸੀ ਭਾਜੀ ਵੀ ਅੱਜ ਤੁਹਾਡੇ ਨਾਲ ਬੈਠਾ ਇੱਥੇ ਕੈਨੇਡਾ ਦੀ ਧਰਤੀ 'ਤੇ ਤੁਹਾਡੇ ਨਾਲ ਗੱਲਾਂ ਕਰੂੰਗਾ ਉਹ ਵਾਹਿਗੁਰੂ ਦੀ ਕਿਰਪਾ ਇਸ ਤਰ੍ਹਾਂ ਮੈਂ ਪਹਿਲਾਂ ਆਸਟ੍ਰੇਲੀਆ ਜਾ ਕੇ ਆਇਆ ਉਹ ਵੀ ਸਿਰਫ ਕਲਾਕਾਰ ਦੀ ਦੇਣ ਆਈ ਵਧੀਆ ਗੱਲ ਜਿਵੇਂ ਕਲਾਕਾਰੀ ਤੋਂ ਬਾਅਦ ਮੈਂ ਹਿੱਟਬਾ ਨਹੀਂ ਹੋਇਆ ਪਰ ਮੈਂ ਕਲਾਕਾਰੀ ਦੇਣ ਬੜਾ ਕੁਛ ਦਿੱਤਾ ਮੈਨੂੰ ਮੈਂ ਤਸੱਲੀ ਹਾਂ ਤਸੱਲੀ ਮੈਨੂੰ ਹਾਂਜੀ ਹਾਂਜੀ ਦੀਪਾ ਬਿਲਾਸਪੁਰੀ ਮੈਨੂੰ ਦੱਸਿਓ ਜੇ ਮੈਂ ਗਲਤ ਨਾ ਹੋਵਾਂ ਬਿਲਾਸਪੁਰ ਸ਼ਾਇਦ ਤੁਹਾਡਾ ਪਿੰਡ ਹਾਂਜੀ ਭਾਅ ਜੀ ਇਹ ਕਿੱਥੇ ਕੁ ਪੈਂਦਾ ਜੀ ਭਾਅ ਜੀ ਡਿਸਟ੍ਰਿਕਟ ਮੋਗਾ 'ਚ ਪੈਂਦਾ ਅੱਛਾ ਜੀ ਹਾਂਜੀ ਹਾਂਜੀ ਮੇਰੇ ਪਿੰਡ ਦੇ ਬਹੁਤ ਫਨਕਾਰ ਹੋਏ ਵੱਡਾ ਵੀਰ ਬਾਈ ਧਰਮਪ੍ਰੀਤ ਜੀ ਜੋ ਸਾਡੇ ਵਿੱਚ ਨਹੀਂ ਰਹੇ ਅਤੇ ਮੇਰਾ ਵੀਰ ਬਹੁਤ ਹੀ ਸਤਿਕਾਰਯੋਗ ਵੱਡਾ ਵੀਰ ਬਾਈ ਜੱਗਾ ਧਾਲੀਵਾਲ ਉਹਨਾਂ ਦਾ ਲਿਖਿਆ ਹੋਇਆ ਗਾਣਾ ਮੈਂ ਬਹੁਤ ਜਲਦ ਤੁਹਾਡੇ ਰੂਬਰੂ ਲੈ ਕੇ ਹੋ ਰਿਹਾ ਅੱਛਾ ਧਰਮਾ ਅਸੀਂ ਉਹਨੂੰ ਪਿਆਰ ਨਾਲ ਧਰਮਪ੍ਰੀਤ ਨੂੰ ਕਹਿੰਦੇ ਹਾਂਜੀ ਹਾਂਜੀ ਸਾਡਾ ਬੜਾ ਅਜੀਜ਼ ਸੀ ਹਾਂਜੀ ਹਾਂਜੀ ਸਾਨੂੰ ਇੰਝ ਜਾਪਦਾ ਹੈ ਜਿਸ ਤਰ੍ਹਾਂ ਦਾ ਧਰਮਪ੍ਰੀਤ ਇਸ ਦੁਨੀਆਂ ਤੋਂ ਗਿਆ ਜਿਵੇਂ ਸਾਡਾ ਕੋਈ ਅੰਗ ਟੁੱਟ ਗਿਆ ਹੋਵੇ ਹਾਂਜੀ ਹਾਂਜੀ ਧਰਮਪ੍ਰੀਤ ਦੇ ਨਾਲ ਵੀ ਕੋਈ ਗਾਉਣ ਦਾ ਜਾਂ ਰਹਿਣ ਦਾ ਤੁਸੀਂ ਦੱਸ ਰਹੇ ਸੀ ਸਬੱਬ ਬਣਿਆ ਕਿੰਨਾ ਕੁ ਸਮਾਂ ਬਿਤਾਇਆ ਜੀ ਉਹਨਾਂ ਨਾਲ ਬਹੁਤ ਘੱਟ ਜਾਣੀ ਕਿਉਂਕਿ ਉਹ ਭਾਜੀ ਹੁੰਦੇ ਰਹਿੰਦੇ ਬਠਿੰਡੇ ਰਹਿੰਦੇ ਸੀ ਮੈਂ ਲੁਧਿਆਣੇ ਸੀਗਾ ਅੱਛਾ ਲੁਧਿਆਣੇ ਥੋੜ੍ਹਾ ਟਾਈਮ ਰਹੇ ਉੱਥੇ ਜਾਣੀ ਕਿ ਮਾਮੇ ਦੇ ਦਫ਼ਤਰ ਉੱਥੇ ਮਿਲਦੇ ਹੁੰਦੇ ਸੀ ਸਾਡੇ ਮੇਲ ਹੁੰਦਾ ਰਹਿੰਦਾ ਸੀਗਾ ਹਾਂਜੀ ਹਾਂਜੀ ਉਹਨਾਂ ਭਾਜੀ ਹੋਣ ਨਾਲ ਕਿ ਬਹੁਤ ਵਧੀਆ ਸੀ ਮਿਲਣਸਾਰ ਸੀਗੇ ਅੱਜ ਵੀ ਲੋਕ ਯਾਦ ਕਰਦੇ ਉਹਨਾਂ ਦੇ ਗੀਤਾਂ ਨੂੰ ਸੁਣਦੇ ਹੈਗੇ ਲੋਕ ਉੱਦਾਂ ਦੁਨੀਆ ਤੌਰ 'ਤੇ ਭਾਵਾਂ ਚਲੇ ਗਏ ਪਰ ਦਿਲਾਂ 'ਚ ਲੋਕਾਂ ਦੇ ਅੱਜ ਵੀ ਆ ਧਰਮ ਵੀ ਸਾਡੇ ਲਈ ਉੱਦਾਂ ਹੀ ਹੈਗਾ ਅੱਛਾ ਪਿੰਡ ਦੇ ਵਿੱਚ ਬਿਲਾਸਪੁਰ ਤੁਹਾਡਾ ਪਿੰਡ ਹੈ ਤੁਸੀਂ ਦੱਸ ਰਹੇ ਹੋ ਹਾਂਜੀ ਹਾਂਜੀ ਧਰਮਪ੍ਰੀਤ ਦਾ ਉੱਥੇ ਕੋਈ ਮੇਲਾ ਜਾਂ ਉੱਥੇ ਕੋਈ ਪ੍ਰੋਗਰਾਮ ਪਿੰਡ ਦੇ ਕਰਵਾਉਂਦੇ ਆ ਜਾਂ ਨਹੀਂ ਉਹੀ ਗੱਲ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸੀ ਭਾਅ ਜੀ ਅੱਜ ਤੱਕ ਕਲਾਕਾਰ ਜਦੋਂ ਭੋਗ 'ਤੇ ਆਏ ਸੀ ਸਾਡੇ ਕਲਾਕਾਰ ਬਹੁਤ ਕਹਿ ਕੇ ਗਏ ਸੀ ਆਹ ਕਰਾਂਗੇ ਜਿਉਂ ਕਰਾਂਗੇ ਕਿਸੇ ਨੇ ਮੇਲਾ ਵੀ ਨਹੀਂ ਕਰਾਇਆ 1.5-2 ਸਾਲ ਹੋ ਚੁੱਕੇ ਆ ਪਰ ਮੈਂ ਸੋਚਿਆ ਹੁਣ ਵਾਹਿਗੁਰੂ ਸੁੱਖ ਰੱਖੇ ਮੈਂ ਜਾ ਕੇ ਮੇਲਾ ਕਰਵਾਉਣਾ ਸੀ ਧਰਮਪ੍ਰੀਤ ਦੇ ਨਾਲ ਹਾਂਜੀ ਹਾਂਜੀ ਤਾਂ ਮੇਰੀ ਭਾਅ ਜੀ ਹੁਣ ਨਾਲ ਗੱਲ ਹੋਈ ਸੰਗਦਲ ਭਾਅ ਜੀ ਨਾਲ ਵੀ ਗੱਲ ਹੋਈ ਸੀਗੀ ਕਹਿੰਦੇ ਕਰੋ ਯਾਰ ਇਹ ਠੀਕ ਹੈ ਨਾ ਅੱਛਾ ਹੁਣ ਮੈਨੂੰ ਇਹ
ਅਤੇ ਉਹਨਾਂ ਦੀ ਯਾਨੀ ਕਿ ਉਹਨਾਂ ਦੀ ਬਦੌਲਤੀ ਅੱਜ ਜੋ ਇੱਥੇ ਬੈਠਾ ਮੈਂ, ਕਿਉਂਕਿ ਉਹਨਾਂ ਨੂੰ ਜੇ ਸਾਡੀ ਫੈਮਿਲੀ 'ਚ ਕੋਈ ਨਾ ਗਾਉਂਦਾ ਹੁੰਦਾ ਤਾਂ ਸ਼ਾਇਦ ਅੱਜ ਇੱਥੇ ਨਾ ਪਹੁੰਚਦਾ ਮੈਂ। ਉਹਨਾਂ ਨੂੰ ਦੇਖ ਕੇ ਅਸੀਂ ਗਾਉਣ ਲੱਗੇ। ਉੱਥੇ ਮੇਰਾ ਬ੍ਰਦਰ ਪਹੁੰਚ ਗਿਆ ਸੀ ਲੁਧਿਆਣੇ ਪਹਿਲਾਂ। ਅੱਛਾ ਜੀ। ਅਤੇ ਜੋਬ ਕਰਨ ਕਰਦਾ ਸੀ, ਮੈਂ ਵੀ ਕਰਦਾ ਰਿਹਾ ਉੱਥੇ, ਅਤੇ ਨਾਲ ਨਾਲ ਫਿਰ ਮੈਨੂੰ ਵੀ ਬੁਲਾ ਲਿਆ ਉੱਥੇ ਲੁਧਿਆਣੇ ਚੱਲ ਗਿਆ ਮੈਂ ਵੀ। ਅੱਛਾ, ਰਣਜੀਤ ਮਣੀ ਆਪਣੇ ਸਮੇਂ ਦਾ ਵੱਡਾ ਸਟਾਰ ਹੋਇਆ, ਸੁਪਰ ਸਟਾਰ। ਹਾਂਜੀ ਹਾਂਜੀ ਹਾਂਜੀ। ਇੱਕ ਤੋਂ ਬਾਅਦ ਇੱਕ ਗੀਤ ਕੌਲਜੀਟ ਮੁੰਡੇ ਕੁੜੀਆਂ ਤਾਂ ਦੀਵਾਨੇ ਸੀ, ਅੜੀਕਿਆ ਕਰਦੇ ਸੀ ਰਣਜੀਤ ਮਣੀ। ਬਿਲਕੁਲ ਹਾਂਜੀ ਹਾਂਜੀ ਹਾਂਜੀ। ਰਣਜੀਤ ਮਣੀ ਨੂੰ ਕਦੇ ਕੋਈ ਗੀਤ ਨਹੀਂ ਸੁਣਾਇਆ? ਸੁਣਾਇਆ ਸਰ। ਹਾਂਜੀ ਹਾਂਜੀ। ਰਿਕਾਰਡ ਨਹੀਂ ਕੀਤਾ? ਰਿਕਾਰਡ ਨਹੀਂ ਹੋਇਆ, ਬਸ ਸੁਆਬੀ ਨਹੀਂ ਬਣਿਆ ਵੀ। ਉਹਨਾਂ ਨੂੰ ਚੰਗੇ ਨਹੀਂ ਲੱਗੇ ਜਾਂ ਕੋਈ ਹੋਰ ਕਾਰਨ ਬਣੀ? ਬਸ ਉਹ ਜ਼ਿਆਦਾ ਬਿਦਲ ਭਾਈ ਹੁਣ ਤਾਂ ਕਰਦੇ ਸੀਗੇ, ਜਿਹਨਾਂ ਕਿ ਨਾ ਮੈਂ ਫੋਰਸ ਕੀਤਾ ਕਦੇ, ਮੈਂ ਚਲੋ ਕੋਈ ਨਾ ਚੱਲੀ ਜਾਂਦੇ ਆ। ਮੈਂ ਜ਼ਿਆਦਾ ਆਪਣੇ ਧਿਆਨ ਰੱਖਦਾ ਸੀ, ਮੈਂ ਆਪ ਹੀ ਵੀ ਆਪ ਹੀ ਗਾਵਾਂ। ਮੈਂ ਹੁਣ ਤੱਕ ਕਿੰਨੇ ਕੁ ਗੀਤ ਰਿਕਾਰਡ ਕੀਤੇ ਜੀ ਤੁਸੀਂ? ਮੇਰੇ 20-25 ਗਾਣੇ ਆ ਚੁੱਕੇ ਜੀ। ਅੱਛਾ ਜੀ। ਹਾਂਜੀ ਹਾਂਜੀ। ਅਤੇ ਜਿਹੜਾ ਨਵਾਂ ਗੀਤ ਹੋਣੀ ਤੁਸੀਂ ਧਾਲੀਵਾਲ ਸਾਹਿਬ ਦਾ ਕਹਿੰਦੇ ਸੀ, ਉਹ ਸੁਣਾਇਆ ਜਾ ਸਕਦਾ ਜਾਂ ਹਲੇ ਨਹੀਂ? ਨਹੀਂ ਨਹੀਂ ਸੁਣਾ ਸਕਦੇ, ਕੋਈ ਚੱਕਰ। ਹਾਂਜੀ, ਸੱਚਾ ਬਿਲਕੁਲ ਸੱਚਾਈ ਜਾਣੀ ਆਉਣ ਦਿਓ ਜੀ। ਹਾਂਜੀ, ਮੇਰਾ ਵੱਡਾ ਵੀਰ ਬਹੁਤ ਸਤਿਕਾਰਯੋਗ ਆ ਜੱਗਾ ਧਾਲੀਵਾਲ ਜੀ, ਮੇਰੇ ਪਿੰਡ ਤੋਂ ਆ, ਅਤੇ ਇਹਨਾਂ ਨੇ ਲਿਖਿਆ ਉਹ ਗਾਣਾ, ਤੁਹਾਡੇ ਰੂਬਰੂ ਕਰ ਰਹੇ ਨੇ। ਉਹ ਕਦੇ ਆਖੇ ਜੱਗ ਮੈਥੋਂ ਸਹਾਰਾ ਡਰਦਾ, ਕਦੇ ਆਖੇ ਜੱਗ ਮੇਰਾ ਪਾਣੀ ਭਰਦਾ, ਕਦੇ ਆਖੇ ਜੱਗ ਮੈਥੋਂ ਸਾਰਾ ਡਰਦਾ, ਕਦੇ ਆਖੇ ਜੱਗ ਮੇਰਾ ਪਾਣੀ ਭਰਦਾ। ਇਹ ਤਾਂ ਤੇਰਾ ਬਹਿਮਾ, ਇਹ ਤਾਂ ਤੇਰਾ ਬਹਿਮਾ, ਹੋ ਗੱਲ ਬਾਤ ਉਹਦੀ, ਹੋ ਜਿਹਦੀ ਜੁੱਤੀ ਕਹੇ ਮਾਂ, ਜਿਹਦੀ ਜੁੱਤੀ ਕਹੇ ਮਾਂ, ਹੋ ਗੱਲ ਬਾਤ ਉਹਦੀ, ਹੋ ਜਿਹਦੀ ਜੁੱਤੀ ਕਹੇ ਮਾਂ, ਜਿਹਦੀ ਜੁੱਤੀ ਕਹੇ ਮਾਂ। ਇਹਦਾ ਲਾਸਟ ਅੰਤਰਾ ਚੇਤੇ ਜੀ? ਹਾਂਜੀ ਹਾਂਜੀ। ਆਉਣ ਦਿਓ ਜੀ। ਪਲਾਂ ਵਿੱਚ ਲੈਂਦਾ ਹਥਿਆਰਾਂ ਦਾ ਨਸ਼ਾ, ਹੋ ਜੱਗੇ ਧਾਲੀਵਾਲ ਕਰ ਯਾਰਾਂ ਦਾ ਨਸ਼ਾ, ਹੋ ਪਲਾਂ ਵਿੱਚ ਲੈਂਦਾ ਹਥਿਆਰਾਂ ਦਾ ਨਸ਼ਾ, ਹੋ ਜੱਗੇ ਧਾਲੀਵਾਲ ਕਰ ਯਾਰਾਂ ਦਾ ਨਸ਼ਾ, ਹੋ ਮਲਾਂ ਵਿੱਚ ਸਹਿਮਾ, ਹੋ ਮਨਾਂ ਵਿੱਚ ਸਹਿਮਾ, ਹੋ ਗੱਲ ਬਾਤ ਉਹਦੀ, ਹੋ ਜਿਹਦੀ ਜੁੱਤੀ ਕਹੇ ਮਾਂ, ਜਿਹਦੀ ਜੁੱਤੀ ਕਹੇ ਮਾਂ, ਹੋ ਗੱਲ ਬਾਤ ਉਹਦੀ, ਹੋ ਜਿਹਦੀ ਜੁੱਤੀ ਕਹੇ ਮਾਂ, ਜਿਹਦੀ ਜੁੱਤੀ ਕਹੇ ਮਾਂ। ਅੱਛਾ, ਮੈਨੂੰ ਦੱਸਿਓ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਮੈਂ ਰਣਜੀਤ ਮਣੀ ਮਾਮਾ ਜੀ ਸੀ, ਉਹਨਾਂ ਨੂੰ ਗਾਉਂਦਿਆਂ ਵੇਖ ਕੇ ਚੇਟਕ ਗਾਉਣ ਦੀ ਵੀ ਲੱਗੀ, ਲਿਖਣ ਦੀ ਵੀ। ਹਾਂਜੀ ਹਾਂਜੀ ਹਾਂਜੀ। ਹੁਣ ਜਦੋਂ ਰਣਜੀਤ ਮਣੀ ਸੁਪਰ ਸਟਾਰ ਹੋ ਗਏ, ਤੁਸੀਂ ਕਦੇ ਇਹ ਸੋਚਦੇ ਹੁੰਦੇ ਸੀ ਯਾਰ ਵੀ ਮੇਰਾ ਐਡਾ ਕੁ ਨਾਮ ਹੋਵੇ, ਮੈਂ ਗਾਵਾਂ ਅਤੇ ਲੋਕ? ਮੇਰੇ ਮਨ ਦੀ ਜੀ, ਉਦੋਂ ਮੈਂ ਜਦੋਂ ਪਿੰਡ ਹੁੰਦਾ ਸੀਗਾ, ਮੇਰੇ ਕੋਈ ਗਾਉਣ ਦਾ ਕੋਈ ਨਹੀਂ ਸੀ ਸਾਧਨ ਵੀ ਮੈਂ ਇੱਥੇ ਪਹੁੰਚੂਗਾ। ਉਦੋਂ ਮੈਨੂੰ ਬੜਾ ਸ਼ੌਂਕ ਸੀਗਾ ਮੈਂ ਵੀ ਡਰਮ ਸੈੱਟ ਵਜਾਇਆ ਕਰਾਂ। ਅੱਛਾ। ਮਾਮਾ ਜੀ ਨੇ ਜਾਂਦਾ ਸੀ ਮੁੰਡਾ, ਇੱਕ ਭਾਜੀ ਹੁਣੀ ਸੀ ਨਾਮ ਹੁੰਦਾ ਵਿਜੇ, ਵਿਜੇ ਵੱਡੇ ਵੱਡੇ ਬਾਲ ਰੱਖੇ ਹੋਣੇ, ਬੜਾ ਵਧੀਆ ਸਟਾਈਲ ਹੁੰਦਾ ਸੀ ਉਦੋਂ। ਅੱਜ ਕੱਲ੍ਹ ਤਾਂ ਜਾਣੀ ਕਿ ਸਾਜ ਹੀ ਉਹ ਖਤਮ ਹੋ ਗਏ, ਪੁਰਾਣੇ ਸਾਜ ਜਾਣੀ ਕਿ, ਅਤੇ ਉਹ ਮੈਨੂੰ ਬੜਾ ਵਧੀਆ ਲੱਗਦਾ ਸੀਗਾ ਹੁੰਦਾ ਸੀਗਾ। ਮੈਂ ਆਪਣੇ ਡੈਡੀ ਨੂੰ ਕਹਿੰਦਾ ਸੀ ਵੀ ਮੈਂ ਨਾ ਡਰਮ ਵਜਾਇਆ ਕਰਨਾ, ਉਹ ਵਜਾਇਆ ਕਰਨਾ ਮੈਂ। ਗਾਉਣ 'ਤੇ ਤਾਂ ਬਸ ਮੈਨੂੰ ਇੱਦਾਂ ਲੱਗਿਆ ਵੀ ਸੀ ਜਿਵੇਂ ਕਹਿੰਦੇ ਹੁੰਦੇ ਆ ਖੁੰਦਕ ਵਜੋਂ, ਉਹ ਬੰਦਾ ਸੀ ਕੋਈ ਮੈਂ ਨਾ ਨਹੀਂ ਲੈਣਾ ਚਾਹੁੰਦਾ ਜੀ, ਉਹ ਗਾਉਂਦਾ ਹੁੰਦਾ ਸੀਗਾ, ਪਰ ਉਹਨੂੰ ਜਦੋਂ ਮੈਂ ਗਾਉਂਦਾ ਹੁੰਦਾ ਸੀ ਉਹਨੂੰ ਲੱਗਦਾ ਸੀ ਬੰਦਾ ਕਿਤੇ ਇਹ ਗਾਉਣ ਲੱਗ ਜੇ ਕਿਤੇ। ਅੱਛਾ। ਅਤੇ ਫਿਰ ਵਾਹਿਗੁਰੂ ਕਿਰਪਾ ਕਰਕੇ ਮੈਂ ਬਾਈ ਜੀ ਪ੍ਰੀਤ ਹਰਪਾਲ ਹੋਣੀ ਉੱਥੇ ਦਫ਼ਤਰ ਜਦੋਂ ਰਿਆਜ਼ ਕਰਦੇ ਹੁੰਦੇ ਸੀਗੇ ਸਾਰੇ ਗਾਮਾ ਪਾਲੀ, ਅਤੇ ਮੈਨੂੰ ਲੱਗਦਾ ਹੁੰਦਾ ਸੀ ਵੀ ਯਾਰ ਮੈਂ ਕਿਉਂ ਨਹੀਂ ਕਰ ਸਕਦਾ ਇਹਨਾਂ ਨੂੰ ਦੇਖ ਦੇਖ ਕੇ। ਫਿਰ ਉਹ ਕੁਦਰਤੀ ਮੈਂ ਵੀ ਜਦੋਂ ਇਹ ਕਿਤੇ ਚੱਲ ਜਾਂਦੇ ਪ੍ਰੋਗਰਾਮ 'ਤੇ, ਹਾਂ ਉਹ ਮੈਂ ਪਿੱਛੇ ਆਵਾਜ਼ ਕਹਿਣੀ, ਫਿਰ ਮੈਨੂੰ ਬੜਾ ਵਧੀਆ ਲੱਗਣਾ ਯਾਰ ਵੀ ਮੈਂ ਬੋਲਦਾ ਅਤੇ ਆਵਾਜ਼ ਆ ਰਹੀ ਹੈਗੀ। ਅੱਛਾ। ਤੈਨੂੰ ਕਿ ਮੈਂ ਫਿਰ ਇੱਕ ਸਾਡੇ ਮੇਰੇ ਚਾਚੇ ਦੀ ਕੁੜੀ ਦਾ ਵਿਆਹ ਸੀਗਾ। ਅੱਛਾ। ਪ੍ਰੀਤ ਹਰਪਾਲ ਤੋਂ ਬਾਈ ਤੋਂ ਫਿਰ ਮੈਨੂੰ ਲਿਖ ਕੇ ਦਿੱਤਾ ਮੈਟਰ ਵੀ ਕਿੱਦਾਂ ਮੂਹਰੇ ਸਟਾਰਟਿੰਗ ਕਿੱਦਾਂ ਕਰਨੀ ਹੈ ਵੀ ਬੋਲਣਾ, ਅਤੇ ਮੈਨੂੰ ਵੇਲਾ ਯਾਦ ਆ ਉਹ ਭਾਜੀ ਹੁਣ, ਥੈਂਕਸ ਕਰਦਾ ਮੈਂ ਉਹਨਾਂ ਦਾ ਵੀ। ਪ੍ਰੀਤ ਹਰਪਾਲ ਦਾ, ਹਾਂਜੀ ਹਾਂਜੀ। ਅੱਜ ਵੀ ਜਾਣੀ ਕਿ ਬਹੁਤ ਮਿਲਣਸਾਰ ਆ ਭਾਜੀ ਹੁਣੀ, ਵੀ ਕਦੇ ਬਹੁਤ ਵੱਡੇ ਲੈਵਲ 'ਤੇ ਪਹੁੰਚਿਆ, ਵੀ ਕਦੇ ਮਾਣ ਵਾਲੀ ਗੱਲ ਕੀਤਾ, ਹੰਕਾਰ ਕਦੇ ਨਹੀਂ ਕੀਤਾ ਉਹਨਾਂ ਨੇ। ਅਤੇ ਪਿੱਛੇ ਸਾਡਾ ਬਣਿਆ ਸੀ ਜ਼ਰੀਆ ਇੱਕ ਗਾਣਾ ਵੀ ਮੈਂ ਅਤੇ ਇਕੱਠਿਆਂ ਨੇ ਕਰਨਾ ਸੀ, ਉਹ ਲੰਘੂ ਕਿਹੜਾ ਵੈਰੀ ਸਾਡੇ ਕੋਲੋਂ ਖਾਂ ਕੇ ਰੱਖ ਦਾਂਗੇ ਟਾਂਕੇ, ਅਤੇ ਫਿਰ ਉਹ ਮੈਂ ਅਤੇ ਮਾਮਾ ਜੀ ਨੇ ਕੀਤਾ, ਮਣੀ ਸਾਹਿਬ ਨੇ ਇਕੱਠਿਆਂ ਨੇ ਗਾਇਆ ਸੀ ਗਾਣਾ। ਅੱਛਾ, ਗੀਤ ਤੁਹਾਡਾ ਲਿਖਿਆ? ਹਾਂਜੀ। ਉਹ ਆਉਣ ਦਿਓ ਜੀ ਫਿਰ, ਤੁਸੀਂ ਇਕੱਠਿਆਂ ਨੇ ਗਾਇਆ ਸੀ ਅਸੀਂ। ਹਾਂ ਅੱਛਾ ਜੀ। ਹੁਣੇ ਤੁਸੀਂ ਕਹਿੰਦੇ ਸੀ ਉਹਨਾਂ ਨੇ ਮੇਰਾ ਕੋਈ ਗੀਤ ਨਹੀਂ ਕੀਤਾ? ਨਹੀਂ ਨਹੀਂ ਇਕੱਠਿਆਂ ਨੇ ਗਾਇਆ ਸੀ। ਅੱਛਾ, ਕਲੱਬ ਕੀਤਾ ਸੀਗਾ? ਹਾਂ, ਕਲੱਬ ਕੀਤਾ। ਹਾਂਜੀ ਹਾਂਜੀ। ਹੋ ਚੁੱਕਣਾ ਕਿਸੇ ਦੇ ਅੱਗੇ ਨਹੀਂ ਉਹ ਜਾਣਦੇ, ਭੁੱਖੇ ਨੇ ਪੰਜਾਬੀ ਵਸ ਮਾਣ ਤਾਣਦੇ, ਚੁੱਕਣਾ ਕਿਸੇ ਦੇ ਅੱਗੇ ਨਹੀਂ ਉਹ ਜਾਣਦੇ, ਭੁੱਖੇ ਨੇ ਪੰਜਾਬੀ ਵਸ ਮਾਣ ਤਾਣਦੇ, ਹੁੰਦੀਆਂ ਸਲਾਮਾਂ ਜਿੱਧਰੋਂ ਦੀ ਲੰਘਦੇ, ਉਹ ਲੰਘੂ ਕਿਹੜਾ ਵੈਰੀ ਸਾਡੇ ਕੋਲੋਂ ਖੰਘ ਕੇ ਰੱਖ ਦਾਂਗੇ ਟੰਗ ਕੇ, ਲੰਘੂ ਕਿਹੜਾ ਵੈਰੀ ਸਾਡੇ ਕੋਲੋਂ ਖੰਘ ਕੇ ਰੱਖ ਦਾਂਗੇ ਟੰਗ ਕੇ। ਇਹ ਰਿਲੀਜ਼ ਹੋ ਗਿਆ ਜੀ ਗੀਤ? ਅਸੀਂ ਹਾਂ, ਕਾਫੀ ਟਾਈਮ ਹੋਇਆ ਗਾਣੇ ਲਾਏ ਨੂੰ। ਅੱਛਾ। ਇਹ ਇਕੱਠੇ ਨੇ ਗਾਇਆ ਸੀ? ਕਿਵੇਂ ਰਿਸਪੋਂਸ ਰਿਹਾ ਜੀ ਗੀਤ? ਵਧੀਆ ਰਿਹਾ ਜੀ। ਹਾਂਜੀ ਹਾਂਜੀ। ਇਹ ਕਿਹਨੇ ਮਿਊਜ਼ਿਕ ਕੀਤਾ ਜੀ, ਕਿਹੜੀ ਕੰਪਨੀ 'ਚ ਕੀਤਾ? ਇਹ ਕੰਪਨੀ ਸੀ ਐਨੀ ਮਿਊਜ਼ਿਕ ਕੰਪਨੀ ਸੀ, ਮੇਰਾ ਦੋਸਤ ਦੀ ਕੰਪਨੀ ਸੀਗੀ। ਹਾਂਜੀ। ਅੱਛਾ ਜੀ। ਅਤੇ ਵੈਕਟਰ ਕੰਪੋਜ ਨੇ ਮਿਊਜ਼ਿਕ ਕੀਤਾ ਸੀ ਗਾਣੇ ਦਾ? ਵਧੀਆ ਕਰਦੇ ਜੀ। ਹਾਂਜੀ ਹਾਂਜੀ ਹਾਂਜੀ, ਉਹਨਾਂ ਨੇ ਕੀਤਾ। ਅੱਛਾ, ਮੈਨੂੰ ਇਹ ਦੱਸੋ, ਜਦ ਹੁਣ ਤੁਸੀਂ ਦੱਸ ਦਿਓ ਕਿ ਹਰ ਤਰ੍ਹਾਂ ਦਾ ਤੁਸੀਂ ਗੀਤ ਲਿਖਦੇ ਹੋ, ਹਰ ਤਰ੍ਹਾਂ ਦਾ ਗਾਉਂਦੇ ਹੋ, ਪ੍ਰੀਤ ਹਰਪਾਲ ਉਹਨਾਂ ਦੇ ਜਾਣ ਤੋਂ ਬਾਅਦ ਹਾਰਮੋਨੀਅਮ ਚੱਕ ਲੈਣਾ, ਸਿੱਖੇ ਵੀ ਕਿਸੇ ਤੋਂ ਜਾਂ ਫਿਰ ਆਪਣੇ ਆਪ ਹੀ ਜੋ ਸਿੱਖ? ਆਪਣੇ ਆਪ ਹੀ
ਤੇ ਮੈਂ ਏਅਰਟੈਲ ਕੰਪਨੀ 'ਚ ਲੱਗਿਆ ਸੀਗਾ ਐਜ਼ ਅ ਟੀਮ ਲੀਡਰ ਸੀਗਾ ਉੱਥੇ ਮੈਂ। ਅੱਛਾ ਜੀ। ਹਾਂਜੀ ਹੁਣ ਵੀ ਮੈਂ ਛੱਡ ਕੇ ਆਇਆ ਵਿੱਚ। ਅੱਛਾ ਜੀ, ਹਜੇ ਕੰਮ ਕਰਦੇ ਹੋ? ਕੰਮ ਕਰਦਾ ਸੀ। ਹਾਂਜੀ ਹਾਂਜੀ, ਹੁਣ ਕੁਦਰਤੀ ਸਬੱਬ ਬਣ ਗਿਆ, ਮੈਂ ਆਸਟ੍ਰੇਲੀਆ ਗਿਆ ਸੀਗਾ ਅਤੇ ਇੱਧਰ ਆਉਣ ਦਾ ਸਬੱਬ ਬਣ ਗਿਆ। ਅੱਛਾ, ਆਸਟ੍ਰੇਲੀਆ ਦੇ ਟੂਰ ਦੇ ਬਾਬਤ ਥੋੜ੍ਹਾ ਦੱਸੋ, ਆਸਟ੍ਰੇਲੀਆ 'ਚ ਕਿਵੇਂ ਟੂਰ ਬਣਿਆ, ਕੌਣ ਕੌਣ ਹੋਰ ਆਰਟਿਸਟ ਸੀ ਨਾਲ? ਉੱਥੇ ਸੀ ਭਾਅ ਜੀ ਮੇਰੇ ਨਾਲ ਸੀ ਰੰਮੀ ਭਾਈ ਹੋਣੀ, ਰੰਮੀ ਰੰਧਾਵਾ ਜੀ ਅਤੇ ਪ੍ਰਿੰਸ ਰੰਧਾਵਾ। ਪ੍ਰਿੰਸ ਰੰਧਾਵਾ ਜੀ, ਹਾਂਜੀ ਹਾਂਜੀ, ਉਹ ਵੀ ਬੜੀ ਗੱਲ ਮੇਰੇ ਨਾਲ ਨਾ ਭੁੱਲਣਾ, ਭੁੱਲ ਯਾਦ ਇੱਕ ਮੈਨੂੰ, ਜਿਹੜੇ ਗੁਰਮੀਤ ਬਰਾੜ ਜੀ ਮੈਨੂੰ ਫੇਸਬੁੱਕ 'ਤੇ ਮਿਲੇ ਸੀਗੇ। ਅੱਛਾ। ਫੇਸਬੁੱਕ 'ਤੇ ਮੈਂ ਭਾਈ ਹੋਣ ਨਾਲ ਗੱਲ ਕੀਤੀ, ਮੈਨੂੰ ਕਹਿੰਦੇ ਭਾਅ ਜੀ ਵੀ ਪੈਸੇ ਲੱਗਣੇ ਹੈਗੇ, ਠੀਕ ਹੈ ਨਾ, ਵੀ ਮੈਂ ਭਾਅ ਜੀ ਮੈਂ ਇੰਨੇ ਅਫੋਰਡ ਨਹੀਂ ਕਰ ਸਕਦਾ ਪੈਸੇ ਦਾ, ਠੀਕ ਹੈ ਨਾ। ਮੈਨੂੰ ਕਹਿੰਦੇ ਚੱਲ ਗਾਣੇ ਭੇਜ ਆਪਣੇ। ਅੱਛਾ। ਮੈਂ ਗਾਣੇ ਭੇਜੇ ਭਾਅ ਜੀ ਹੋਣ ਨੂੰ, ਗਾਣੇ ਉਹਨਾਂ ਨੇ ਸੁਣੇ, ਗਾਣੇ ਵਧੀਆ ਲੱਗੇ। 10-15 ਦਿਨਾਂ ਬਾਅਦ ਉਹਨਾਂ ਦਾ ਫੋਨ ਆ ਗਿਆ, ਕਹਿੰਦੇ ਦੀਪੇ ਆਪਣਾ ਮੈਨੂੰ ਪਾਸਪੋਰਟ ਭੇਜ ਦੇ, ਕਹਿੰਦੇ। ਅੱਛਾ, ਠੀਕ ਹੈ ਨਾ। ਪਾਸਪੋਰਟ ਭੇਜਿਆ ਮੈਂ, ਕਹਿੰਦੇ ਜਿਵੇਂ ਜਿਵੇਂ ਮੈਂ ਕਹੀ ਜਾਣਾ ਉਵੇਂ ਮੈਂ ਕਰੀ ਜਾਈ। ਮੈਂ ਠੀਕ ਹੈ ਭਾਅ ਜੀ, ਰਿਟਰਨਾਂ ਵਗੈਰਾ ਆਪਦੀਆਂ ਪੁਰਾਣੀ ਜੋ ਬੈਂਕ ਬੈਲੈਂਸ ਵਗੈਰਾ, ਠੀਕ ਹੈ ਨਾ, ਪਾਸਪੋਰਟ ਭੇਜਤਾ। ਮਹੀਨੇ ਕੁ ਵਿੱਚ ਭੇਜ, ਮੈਨੂੰ ਕਹਿੰਦੇ ਵੀ ਆਈ ਵੀਜ਼ਾ ਤੁਹਾਡਾ ਲੱਗ ਗਿਆ, ਕਹਿੰਦੇ। ਅੱਛਾ। ਅਤੇ ਮੇਰੀ ਖੁਸ਼ੀ ਦੀ ਹੱਦ ਨਾ ਰਹੀ ਉਹ, ਯਾਨੀ ਕਿ 5:30 ਵਜੇ ਮੈਨੂੰ ਫੋਨ ਆ ਗਿਆ ਸਵੇਰੇ ਸਵੇਰੇ। ਅੱਛਾ। ਹਾਂਜੀ ਹਾਂਜੀ। ਅਤੇ ਮੈਨੂੰ ਬਸ ਫਿਰ ਨੀਂਦ ਕਿੱਥੇ ਆਉਣੀ, ਕਹਿੰਦਾ ਵੀ ਭਾਅ ਜੀ ਹੁਣ ਦੱਸਦੇ ਸੀ ਗੁਰਮੀਤ ਭਾਅ ਜੀ, ਉਹਨਾਂ ਦੇ ਮੈਂ ਸ਼ੁਕਰਗੁਜ਼ਾਰ ਹਾਂ ਭਾਅ ਜੀ ਹੁਣ ਦਾ, ਜਿਨ੍ਹਾਂ ਨੇ ਮੇਰੇ ਲਈ ਇੰਨਾ ਬਹੁਤ ਵੱਡਾ ਕਦਮ। ਅਤੇ ਸ਼ੋਅ ਕਿਵੇਂ ਰਿਹਾ ਸੀ ਉੱਥੇ? ਸ਼ੋਅ ਬਹੁਤ ਵਧੀਆ ਰਿਹਾ ਭਾਅ ਜੀ, ਬਹੁਤ ਵਧੀਆ। ਹੁਣ ਤਿੰਨੋ ਹੀ ਆਰਟਿਸਟ ਸੀ ਤੁਸੀਂ ਜਾਂ ਹੋਰ ਵੀ ਸੀ? ਤਿੰਨੇ ਸੀ ਅਸੀਂ। ਹਾਂਜੀ, ਨਿੱਕ ਭਾਅ ਜੀ ਹੁਣ ਨਾਲ ਸੀ, ਗੁਰਵਿੰਦਰ ਮੱਲੀ ਸੀਗਾ। ਅੱਛਾ ਜੀ। ਹੁਣ ਮੈਂ ਜਾਣਾ ਸੀਗਾ ਉੱਧਰ ਆਸਟ੍ਰੇਲੀਆ ਫਿਰ। ਹਾਂਜੀ ਹਾਂਜੀ, ਫਿਰ ਜਾਣਾ ਸੀ, ਜੈਸਮੀਨ ਸੈਂਡਲ ਨੇ ਜਾਣਾ ਸੀ ਮੈਂ। ਅੱਛਾ। ਹੁਣ ਗਏ ਸੀ ਉੱਥੇ ਜੀ, ਅਤੇ ਬਸ ਮੇਰੇ ਪੇਪਰ ਇੱਧਰ ਲੱਗੇ ਸੀ, ਮੈਂ ਕੈਨੇਡਾ ਵਰ ਆ ਗਿਆ ਇੱਧਰ। ਅਤੇ ਕੈਨੇਡਾ ਦਾ ਸਬੱਬ ਕਿਵੇਂ ਬਣਿਆ ਜੀ? ਕੈਨੇਡਾ ਦਾ ਸਬੱਬ ਬਣ ਗਿਆ, ਬਸ ਭਾਅ ਜੀ ਹੁਣੀ ਮੇਰੇ ਦੋਸਤ ਸੀਗੇ ਆਪਣੇ ਤਲਵਿੰਦਰ ਭਾਅ ਜੀ ਹੁਣੀ ਗਰੇਵਾਲ ਸਾਹਿਬ ਜੀ, ਉਹਦੇ ਹੀ ਬਦੌਲਤ, ਅਤੇ ਨਾਲ ਮੇਰੇ ਕਲਾਕਾਰ ਸੀ ਬੱਬੂ ਖਾਨ ਸੀਗਾ, ਪ੍ਰਭਜੋਤ ਸੀ ਮੁੰਡਾ, ਅਤੇ ਇੱਕ ਪ੍ਰੀਤ ਸਿੰਘ ਸੀ ਕੁੜੀ। ਅੱਛਾ। ਹਾਂਜੀ ਹਾਂਜੀ। ਸੋ ਇਹ ਜਿਹੜਾ ਹੁਣ ਤੱਕ ਦਾ ਤੁਸੀਂ ਸਫ਼ਰ 2003 ਤੋਂ ਦੱਸਦੇ 2018, 15 ਸਾਲ ਹੋ ਗਏ ਨੇ। ਹਾਂਜੀ ਹਾਂਜੀ ਹਾਂਜੀ। 15 ਸਾਲਾਂ ਦੇ ਵਿੱਚ ਤੁਸੀਂ ਦੱਸ ਦਿਓ ਕਿ ਸੰਘਰਸ਼ ਦੇ ਵਿੱਚੋਂ, ਸਟਰਗਲ ਦੇ ਵਿੱਚੋਂ। ਹਾਂਜੀ ਹਾਂਜੀ। ਤੁਹਾਨੂੰ ਲੱਗਦਾ ਨਹੀਂ ਕਿ 12-14 ਸਾਲ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ ਕਿ ਹੁਣ ਤੁਹਾਡਾ ਸਮਾਂ ਆਇਆ ਹੋਇਆ ਹੈ ਕਿ ਪਰਮਾਤਮਾ ਛੇਤੀ ਸੁਣ ਲਓ? ਨਹੀਂ, ਹੁਣ ਸਮਾਂ ਬਹੁਤ ਵਧੀਆ ਆ ਚੁੱਕਿਆ ਜੀ, ਪਰਮਾਤਮਾ ਨੇ ਕਿਰਪਾ ਨਾਲ ਅੱਜ ਤੁਹਾਡੇ ਰੂਬਰੂ ਬੈਠਾ ਕੈਨੇਡਾ ਦੀ ਧਰਤੀ 'ਤੇ ਜੀ। ਇਹ ਬਹੁਤ ਭਾਗਾਂ ਮਰਿਆਦਾ ਨੇ ਮੇਰੇ ਲਈ, ਬਹੁਤ ਖੁਸ਼ੀ ਆ। ਚਲੋ ਪਰਮਾਤਮਾ ਨੇ ਇੱਥੇ ਪਹੁੰਚਦਾ ਕਰਤਾ, ਅਤੇ ਅੱਗੇ ਵੀ ਦੇਰ ਨਹੀਂ ਲੱਗਦੀ। ਤੁਸੀਂ ਲੁਧਿਆਣੇ ਮੰਡੀ 'ਚ ਰਹੇ? ਹਾਂਜੀ ਹਾਂਜੀ। ਜਿੱਥੇ ਲਗਭਗ ਆਪਾਂ ਇਹ ਆਖ ਸਕਦੇ ਹਾਂ ਸਾਰੇ ਕਲਾਕਾਰ ਜਾਂ ਧੁਰਾ ਆਖ ਸਕਦੇ ਹਾਂ। ਹਾਂਜੀ। ਉੱਥੇ ਹੋਰ ਕਲਾਕਾਰਾਂ ਨੂੰ ਮਿਲਣ ਦਾ ਸਬੱਬ ਬਣਦਾ ਰਹਿੰਦਾ ਸੀ ਜਾਂ ਨਹੀਂ? ਬਹੁਤ। ਹਾਂਜੀ ਹਾਂਜੀ, ਮੈਂ ਰਹਿੰਦੇ ਲੈਂਦੇ, ਹੁਣ ਮੈਂ 15 ਸਾਲ ਹੋ ਗਏ ਮੈਨੂੰ। ਕੌਣ ਕੌਣ ਮਿਲਦੇ ਰਹਿੰਦੇ ਸੀ ਉੱਥੇ ਉਹਨਾਂ ਦਿਨਾਂ 'ਚ? ਮਨਜੀਤ ਭਾਅ ਜੀ ਮੇਰੇ ਬਹੁਤ ਅੱਛੇ ਫਰੈਂਡ ਆ, ਮਨਜੀਤ ਰੋਪੋਲੇ ਜੀ ਜੀ। ਹਾਂਜੀ ਹਾਂਜੀ। ਉੱਥੇ ਸਾਡੇ ਦੀਪ ਭਾਅ ਜੀ, ਦੀਪ ਢਿੱਲੋਂ ਜੀ। ਅੱਛਾ ਜੀ। ਅਤੇ ਲਵਲੀ ਭਾਅ ਜੀ, ਲਵਲੀ ਨਰਮਾਨ ਜੀ। ਹਾਂਜੀ ਹਾਂਜੀ। ਹੋਰ ਬਥੇਰੇ ਕਲਾਕਾਰ ਜਿਹਨੇ ਕਿਹਾ ਜਾਂਦੇ ਕਾਫੀ ਜਣੇ, ਕਿਉਂਕਿ ਮੇਰਾ ਬਾਅਦ ਵਾਸ ਉੱਥੇ ਸੀਗਾ, ਕਿਉਂਕਿ ਮੈਂ ਰਹਿਣਾ ਲੁਧਿਆਣੇ ਆ, ਉੱਥੇ ਮੇਰੀ ਫੈਮਿਲੀ, ਉੱਥੇ ਵਾਈਫ ਬੇਟਾ ਮੇਰਾ ਉੱਥੇ ਰਹਿਣਾ ਮਿਲਿਆ। ਅੱਛਾ, ਮੈਨੂੰ ਇਹ ਦੱਸਿਓ, ਬਹੁਤ ਸਾਰੇ ਲੋਕ ਆਮ ਤੌਰ 'ਤੇ ਹਰ ਇੱਕ ਫੀਲਡ ਦੇ ਵਿੱਚ ਹੀ ਆ। ਹਾਂਜੀ ਹਾਂਜੀ। ਲੋਕ ਈਰਖਾਬਾਜੀ, ਜੈਲਸੀ ਬਹੁਤ ਕਰਦੇ ਆ, ਤੁਹਾਡਾ ਜਿਹੜਾ ਫੀਲਡ ਹੈ ਗਾਇਕੀ ਦਾ ਫੀਲਡ, ਹਾਂਜੀ ਹਾਂਜੀ, ਇਹਦੇ ਵਿੱਚ ਤੁਹਾਨੂੰ ਜਿੰਨੇ ਵੀ ਬੰਦਿਆਂ ਤੁਸੀਂ ਜ਼ਿਕਰ ਕੀਤਾ ਜਾਂ ਹੋਰ ਜਿਹੜੇ ਉਸ ਫੀਲਡ 'ਚ ਮਿਲਦੇ ਸੀ, ਤੁਹਾਨੂੰ ਹੱਲਾਸ਼ੇਰੀ ਦਿੰਦੇ ਰਹੇ ਜਾਂ ਕਹਿੰਦੇ ਯਾਰ ਦੀਪੇ ਗੱਲ ਬਣੀ ਨਹੀਂ, ਤੂੰ ਘਰੇ ਬਹਿ ਜਾ, ਕੀ ਕਹਿੰਦੇ ਨੇ? ਦੇਖੋ ਜੀ, ਕਹਿੰਦੇ ਹੁੰਦੇ ਆ ਗੱਲਾਂ ਬਹੁਤ ਹੁੰਦੀਆਂ, ਕੋਈ ਨੈਗੇਟਿਵ ਕਰਦਾ ਹੁੰਦਾ, ਕੋਈ ਪੋਜ਼ਿਟਿਵ ਕਰਦਾ, ਪਰ ਮੇਰੀ ਸੋਚ ਆ ਕਿ ਜੋ ਮੈਂ ਕਰਨਾ ਤਾਂ ਉਹ ਕਰਨੇ ਕਰਨਾ, ਕੁਛ ਮਰਜ਼ੀ ਕਹੀ ਜਾਣ ਲੋਕ, ਅਤੇ ਉਹ ਬਾਕੀ ਵਾਹਿਗੁਰੂ ਦਾ ਮੈਂ ਆਸਰਾ ਤੱਕਦਾ ਬਾਬੇ ਨਾਨਕ ਦਾ, ਕਿ ਮੇਰਾ ਗਾਣਾ ਵਿਆਹ ਸੀ ਮੇਰੇ ਵੱਡੇ ਵੀਰ ਭੁਪਿੰਦਰ ਸਿੱਧੂ ਲਿਖਿਆ ਸੀਗਾ, ਔਖੇ ਵੇਲੇ ਬਾਬਾ ਨਾਨਕ ਚੇਤੇ ਆਉਂਦਾ ਹੈ। ਆਉਣ ਦਿਓ ਜੀ। ਬੰਦੇ ਆਹ ਨਾਮ ਕਦੇ ਨਾ ਜਪਿਆ, ਹੁਣ ਤੱਕ ਪਾਪ ਹੀ ਦਿਲ ਵਿੱਚ ਰੱਖਿਆ। ਬੰਦੇ ਆਹ ਨਾਮ ਕਦੇ ਨਾ ਜਪਿਆ, ਹੁਣ ਤੱਕ ਪਾਪ ਹੀ ਦਿਲ ਵਿੱਚ ਰੱਖਿਆ। ਆਪੇ ਹੁੰਦਾ ਰੱਬ ਸਹਾਈ, ਆਪੇ ਹੁੰਦਾ ਰੱਬ ਸਹਾਈ, ਜੋ ਰੱਬ ਦਾ ਨਾਮ ਤੇ ਆਉਂਦਾ ਏ, ਫਿਰ ਔਖੇ ਵੇਲੇ ਬਾਬਾ ਨਾਨਕ ਚੇਤੇ ਆਉਂਦਾ ਏ, ਫਿਰ ਔਖੇ ਵੇਲੇ ਬਾਬਾ ਨਾਨਕ ਚੇਤੇ ਆਉਂਦਾ ਏ। ਦਾ ਲਾਸਟ ਅੰਤਰਾ ਵੀ ਆਉਣ ਦਿਓ ਜੀ। ਮਾਰ ਮਾਰ ਕੇ ਠੱਗੀਆਂ ਤੂੰ ਮਹਿਲ ਉਸਾਰੀ ਜਾਣਾ ਏ, ਇੱਥੇ ਬੈਠ ਸਦਾ ਨਹੀਂ ਰਹਿਣਾ, ਕਿਉਂ ਮਨੋ ਵਿਸਾਰੀ ਜਾਣਾ ਏ। ਮਾਰ ਮਾਰ ਕੇ ਠੱਗੀਆਂ ਤੂੰ ਮਹਿਲ ਉਸਾਰੀ ਜਾਣਾ ਏ, ਇੱਥੇ ਬੈਠ ਸਦਾ ਨਹੀਂ ਰਹਿਣਾ, ਕਿਉਂ ਮਨੋ ਵਿਸਾਰੀ ਜਾਣਾ ਏ। ਮੈਂ ਵੀ ਮਰਨਾ ਤੂੰ ਵੀ ਮਰਨਾ, ਦੀਪਾ ਸੱਚ ਸੁਣਾਉਂਦਾ ਏ, ਫਿਰ ਔਖੇ ਵੇਲੇ ਬਾਬਾ ਨਾਨਕ ਚੇਤੇ ਆਉਂਦਾ ਏ, ਫਿਰ ਔਖੇ ਵੇਲੇ ਬਾਬਾ ਨਾਨਕ ਚੇਤੇ ਆਉਂਦਾ ਏ। ਦੀਪੇ ਮੈਨੂੰ ਇਹ ਦੱਸਿਓ, ਕਿਉਂਕਿ ਲੋਕ, ਮੈਂ ਪਹਿਲਾਂ ਵੀ ਗੱਲ ਕਰਦਾ ਸੀ ਕਿ ਚੜ੍ਹਦੇ ਸੂਰਜ ਨੂੰ ਸਲਾਮਾਂ ਕਰਦੇ। ਬਿਲਕੁਲ। ਹਾਂਜੀ ਹਾਂਜੀ ਭਾਅ ਜੀ।
ਤੁਸੀਂ ਸੰਘਰਸ਼ ਕਰ ਰਹੇ ਹੋ। ਹਾਂਜੀ ਹਾਂਜੀ, ਅਸੀਂ ਵੀ ਆਸਵੰਦ ਹੈ ਜੀ ਭਾਅ ਜੀ, ਕਿਉਂਕਿ ਇਨਸਾਨ ਨੂੰ ਹਮੇਸ਼ਾ ਹੀ ਆਸਵੰਦ ਰਹਿਣਾ ਚਾਹੀਦਾ ਕਿ ਉਹ ਦਿਨ ਆਏਗਾ ਜਿਸ ਦੀ ਤੁਸੀਂ ਉਡੀਕ 'ਚੋਂ। ਹੁਣ ਸੱਭਿਆਚਾਰਕ ਮੇਲਿਆਂ ਦੀ ਤੁਸੀਂ ਗੱਲ ਕੀਤੀ ਹੈ ਕਿ ਮੇਲੇ ਲੱਗ ਜਾਂਦੇ ਸੀ। ਹਾਂਜੀ ਹਾਂਜੀ, ਮੇਲਿਆਂ 'ਤੇ ਕਦੇ ਬਰੰਗ ਵੀ ਮੁੜਨਾ ਪਿਆ ਕਿ ਯਾਰ ਕੱਪੜੇ ਪਾਈ ਬੈਠੇ ਹਾਂ, ਸਮਾਂ ਹੀ ਨਹੀਂ ਮਿਲਿਆ, ਲੋਕਾਂ ਨੇ ਬਿਠਾ ਬਿਠਾ ਕੇ ਮੋੜ ਤਾਂ ਹੋਇਆ ਕਦੇ? ਮੈਂ ਨਾ ਥੋੜ੍ਹਾ ਰੱਖਿਆ ਆਪਣਾ, ਕਿਵੇਂ ਕਹਿੰਦੇ ਹੁੰਦੇ, ਸਟੈਂਡਰਡ ਰੱਖਿਆ ਥੋੜ੍ਹਾ ਜਿਹਾ। ਅੱਛਾ, ਵੀ ਜਿੱਥੇ ਤੁਹਾਨੂੰ ਬੁਲਾਵੋ ਬੰਦਾ ਉੱਥੇ ਜਾਣਾ ਹੁੰਦਾ ਮੈਂ। ਇੱਦਾਂ ਨਹੀਂ ਮੈਂ ਜਾ ਵੀ ਮੈਂ ਬੰਦਾ ਵੀ ਇੱਕ ਜਾਂ ਟਾਈਮ ਦੇ, ਮੇਰੀ ਵਾਰੀ ਕਦੋਂ ਆਊਗੀ ਆਇਆ, ਉਹ ਮੈਂ ਕਦੇ ਕੰਮ ਹੀ ਨਹੀਂ ਕੀਤਾ। ਵਧੀਆ ਗੱਲ ਹੈ ਵੀ ਕਹਿੰਦੇ ਘੱਟ ਖਾਓ, ਥੋੜ੍ਹਾ ਗੱਲ ਹੋ ਗਿਆ, ਵਧੀਆ ਗਾਓ ਕਹਿੰਦੇ ਹੁੰਦੇ, ਦੋ ਪੈਰ ਘੱਟ ਤੁਰਨਾ ਪਰ ਤੁਰਨਾ ਵੱਟ ਕੇ। ਹਾਂਜੀ ਹਾਂਜੀ, ਮੈਨੂੰ ਵੀ ਜੇ ਕਹਿ ਦੇ ਉੱਥੇ ਵੀ ਬਾਈ ਜੀ ਇੰਨੇ ਟਾਈਮ ਤੁਹਾਨੂੰ ਇੱਕ ਗਾਣਾ ਗਾਉਣਾ, ਇੱਕ ਹੀ ਗਾਉਣਾ, ਤਾਂ ਆਪਾਂ ਇੱਕ ਹੀ ਗਾਉਣਾ। ਵਧੀਆ ਗੱਲ ਹੈ, ਐਵੇਂ ਕਈ ਵੀ ਕਲਾ ਚੀਜ਼ ਪਸੰਦ ਵੀ ਕਰਦੇ। ਹਾਂਜੀ ਹਾਂਜੀ, ਕਈ ਕਲਾਕਾਰ ਹੁੰਦੇ ਆ ਸਟੇਜ 'ਤੇ ਚੜ੍ਹ ਜਾਂਦੇ ਆ, ਪਿੱਛੇ ਦੇਖਦੇ ਵੀ ਦੂਜੇ ਨੇ ਗਾਉਣਾ ਜਾਂ ਨਹੀਂ ਗਾਉਣਾ, ਮੈਂ ਕੀ ਨਹੀਂ ਛੱਡਦੇ, ਤਾਂ ਪਰ ਆਪਾਂ ਇੱਦਾਂ ਨਹੀਂ ਕੀਤਾ ਕਦੇ, ਇੱਦਾਂ ਨਹੀਂ ਹੋਇਆ ਨਾ ਜੀ। ਅੱਛਾ, ਵਿਆਹ ਸ਼ਾਦੀਆਂ ਦੇ ਪ੍ਰੋਗਰਾਮ ਵੀ ਮਿਲ ਜਾਂਦੇ ਨੇ? ਹਾਂਜੀ ਹਾਂਜੀ। ਅੱਛਾ, ਹਾਂਜੀ ਹਾਂਜੀ, ਅਤੇ ਉੱਥੇ ਤਾਂ ਹੁਣ ਲਗਭਗ 2-2.5 ਘੰਟੇ ਦਾ ਪ੍ਰੋਗਰਾਮ ਕਰਨਾ ਪੈਂਦਾ, ਇੰਨੇ ਗੀਤ ਫਿਰ ਆਪਦੇ ਗਾਉਂਦੇ ਜਾਂ ਹੋਰਨਾਂ ਕਲਾਕਾਰਾਂ ਦੇ ਵੀ ਗਾਉਂਦੇ? ਹੋਰਨਾਂ ਹੀ ਲੱਗ ਜਾਂਦੇ ਆ ਚੰਜ ਵਿੱਚ। ਮੋਸਟਲੀ ਕਿਹਨਾਂ ਦੇ ਗੀਤ ਹੋਰ ਗਾਉਂਦੇ ਤੁਸੀਂ? ਜ਼ਿਆਦਾਤਰ ਮੈਂ ਮਾਮਾ ਜੀ ਦੇ, ਰਣਜੀਤ ਮਣੀ ਦੇ। ਹਾਂਜੀ ਹਾਂਜੀ, ਉਹਨਾਂ ਦਾ ਕੋਈ ਗੀਤ ਸੁਣਾਓ ਜਿਹੜਾ ਤੁਸੀਂ ਬਹੁਤ ਵਧੀਆ ਨਿਭਾ ਲੈਂਦੇ ਹੋ ਉਹਨਾਂ ਵਾਂਗ। ਠੀਕ ਹੈ ਜੀ। ਦੋਵੇਂ ਹੱਥ ਜੋੜ ਕੇ ਮੈਂ ਅਰਜ਼ਾਂ ਗੁਜ਼ਾਰਦੀ, ਕਰ ਦੇਵੋ ਮਾਫ ਬਸ ਇਹਨੂੰ ਇੱਕ ਵਾਰ ਜੀ। ਦੋਵੇਂ ਹੱਥ ਜੋੜ ਕੇ ਮੈਂ ਅਰਜ਼ਾਂ ਗੁਜ਼ਾਰਦੀ, ਕਰ ਦੇਵੋ ਮਾਫ ਬਸ ਇਹਨੂੰ ਇੱਕ ਵਾਰ ਜੀ। ਮੇਰੇ ਪਿੱਛੇ ਲੜ ਪੈਂਦਾ ਦਿਲ ਦਾਨੀ ਮਾੜਾ, ਮੇਰੇ ਪਿੱਛੇ ਲੜ ਪੈਂਦਾ ਦਿਲ ਦਾਨੀ ਮਾੜਾ, ਇਸ ਗੱਲ ਦੀ ਗਵਾਹੀ ਮੈਂ ਭਰਾਂ ਮੇਰੇ ਰਾਂਝੇ ਦਾ ਪ੍ਰਿੰਸੀਪਲ ਜੀ। ਹਾੜਾ ਕੱਟਿਓ ਨਾ ਕਾਲਜ ਚੋ ਨਾ ਮੇਰੇ ਸੋਹਣੇ ਦਾ ਪ੍ਰਿੰਸੀਪਲ ਜੀ, ਹਾੜਾ ਕੱਟਿਓ ਨਾ ਕਾਲਜ ਚੋ ਨਾ। ਬਹੁਤ ਅੱਛੇ। ਅੱਛਾ, ਟੋਨ ਤੁਹਾਡੀ ਵਧੀਆ, ਬਹੁਤ ਚੰਗੀ ਹੈ, ਇਹ ਆਵਾਜ਼ ਕੁਦਰਤਨ ਹੈ ਨਾ? ਕੁਦਰ ਰਿਕਾਰਡ ਗਿਫਟ। ਹਾਂਜੀ ਹਾਂਜੀ, ਐਵੇਂ ਕੁਦਰਤਨ ਹੈ। ਹਾਂਜੀ ਹਾਂਜੀ, ਕੋਈ ਬਾਲਾ ਇਹਦਾ ਖਿਆਲ ਰੱਖਦੇ ਹੋ ਜਾਂ ਬਿਲਕੁਲ ਨਹੀਂ ਰੱਖਦੇ? ਨਹੀਂ ਮੈਂ ਰੱਖਦਾ ਭਾਅ ਜੀ, ਬਾਰ ਮੈਂ ਤੱਤੇ ਠੰਡਾ ਬੜਾ ਪਰਹੇਜ਼ ਰੱਖਦਾ ਰੱਖਦੇ। ਵੈਸੇ ਸਾਡੇ ਕਲਾਕਾਰ ਨਹੀਂ ਰੱਖਦੇ ਪਰ ਮੈਨੂੰ ਲੱਗਦਾ, ਮੈਂ ਜਦੋਂ ਠੰਡਾ ਪਾਣੀ ਪੀ ਲੈਂਦਾ ਮੈਨੂੰ ਪ੍ਰੋਬਲਮ ਹੋ ਜਾਂਦੀ ਹੈ, ਪਰ ਮੈਂ ਗਲਾ ਬੈਠ ਜਾਂਦਾ। ਹਾਂਜੀ ਹਾਂਜੀ, ਮੈਂ ਪਰਹੇਜ਼ ਰੱਖਦਾ। ਅੱਛਾ, ਕਈ ਵਾਰੀ ਜਦੋਂ ਛੋਟੇ ਹੁੰਦੇ ਆ, ਬੱਚੇ ਹੁੰਦੇ ਆ, ਹਾਂਜੀ ਹਾਂਜੀ, ਮਾਪਿਆਂ ਦੀਆਂ ਬੜੀਆਂ ਸਧਰਾਂ ਹੁੰਦੀਆਂ ਨੇ ਕਿ ਯਾਰ ਪੁੱਤ ਦੇ ਮੁੱਛ ਫੁੱਟਣ ਲੱਗ ਪਈ, ਗੱਭਰੂ ਹੋ ਚੱਲਿਆ, ਹਾਂਜੀ ਹਾਂਜੀ, ਇਹਨੂੰ ਪੜ੍ਹਾਵਾਂਗੇ, ਇਹ ਚੰਗਾ ਅਫਸਰ ਬਣੇ। ਮਾਪਿਆਂ ਦੀਆਂ ਕਿਹੜੀਆਂ ਸਧਰਾਂ ਸੀ? ਇਹੀ ਸੀ ਕਿ ਗਾਉਣ ਵਾਲਾ ਬਣੇ ਜਾਂ ਕੁਛ ਹੋਰ ਸੀ? ਨਾ ਨਾ, ਪਤਾ ਕੀ, ਘਰ ਦੀ ਗਰੀਬੀ ਸੀ ਭਾਅ ਜੀ, ਪਤਾ ਹੀ ਨਹੀਂ ਸੀ ਕੀ ਕਰਨਾ, ਜੋ ਡਿਸੀਜ਼ਨ ਅਸੀਂ ਆਪ ਹੀ ਖੁਦ ਕੀਤਾ ਸੀ। ਆਪ ਹੀ, ਡੈਡੀ ਦੀ ਮੇਰੀ ਡੈਥ ਹੋ ਗਈ ਸੀ 96 ਵਿੱਚ। ਅੱਛਾ, ਅਤੇ ਜਾਣੀ ਕਿ ਮਾਮਾ ਜੀ ਨੇ ਸਾਡਾ ਬਹੁਤ ਸਾਥ ਦਿੱਤਾ, ਐਵੇਂ ਕਹਿ ਦੇ ਰਣਜੀਤ ਮਣੀ ਮਣੀ ਸਾਹਿਬ ਨੇ। ਹਾਂਜੀ ਹਾਂਜੀ। ਅੱਛਾ, ਕੇਂਦਰ ਦੀ ਬਦੌਲਤ ਅੱਜ ਇੱਥੇ ਮੈਂ ਬੈਠਾ। ਅਤੇ ਮੰਮੀ ਕੀ ਕਹਿੰਦੇ ਹੁੰਦੇ ਸੀ, ਪੁੱਤ ਜੋ ਮਰਜ਼ੀ ਕਰ ਲੈ? ਮੰਮੀ, ਤੁਹਾਨੂੰ ਪਤਾ ਵੀ ਪਿੰਡਾਂ 'ਚ ਬੁੜੀਆਂ ਘੱਟ ਪੜ੍ਹੀਆਂ, ਇਹ ਘੱਟ ਹੀ ਹੁੰਦੀਆਂ ਵਿਚਾਰੀਆਂ, ਠੀਕ ਹੈ ਨੀ, ਮਾਤਾ ਸਾਡੀ ਘੱਟ ਹੀ ਪੜ੍ਹੀ ਸੀਗੀ ਜੀ। ਜਾਣੀ ਕਿ ਡਿਸੀਜ਼ਨ ਅਸੀਂ ਜੇ ਮਾਮਾ ਜੀ ਸਾਡੇ ਨਾ ਹੁੰਦੇ ਤਾਂ ਮੈਨੂੰ ਲੱਗਦਾ ਅਸੀਂ ਵੀ ਇੱਥੇ ਪਿੰਡ ਰੁੜ ਜਾਣਾ ਸੀ। ਹਾਂਜੀ ਹਾਂਜੀ, ਕਿਉਂਕਿ ਮਾਮਾ ਜੀ ਸਾਡੀ ਬਾਂਹ ਫੜੀ ਉੱਥੇ, ਸਾਰਾ ਡੈਡੀ ਦਾ ਭੋਗ ਤੱਕਦਾ, ਜਾਣੀ ਕਿ ਸਾਰਾ ਮਾਮਾ ਜੀ ਨੇ ਕੀਤਾ ਸੀ ਸਾਰਾ। ਇਹ ਗੱਲ ਬਹੁਤ ਮਾਇਨੇ ਰੱਖਦੀ ਹੈ, ਮੈਂ ਵੇਖਿਆ ਬਹੁਤ ਸਾਰੇ ਰਿਸ਼ਤੇਦਾਰ ਵੀ ਉਦੋਂ ਪਾਸਾ ਵੱਟ ਜਾਂਦੇ ਆ। ਹਾਂਜੀ ਹਾਂਜੀ, ਜਦੋਂ ਘਰ 'ਚ ਗਰੀਬੀ ਹੋਵੇ। ਹਾਂਜੀ ਹਾਂਜੀ। ਅੱਛਾ, ਜੇ ਕਿਸੇ ਕੋਈ ਅਮੀਰ ਹੋਵੇ, ਉਹਦੀ ਸਰਕਾਰੀ ਦਰਬਾਰੇ ਹੋਵੇ, ਫਿਰ 5ਵੀਂ 7ਵੀਂ ਪੁਸਤ ਵੀ ਉਹ ਰਿਸ਼ਤੇਦਾਰ ਬਣ ਜਾਂਦਾ? ਇੱਦਾਂ ਦਾ ਭਾਅ ਜੀ ਇੱਕ ਮੈਂ ਗਾਣਾ ਲਿਖਿਆ, ਆਉਣ ਦਿਓ ਜੀ ਫਿਰ। ਹਾਂਜੀ ਹਾਂਜੀ, ਹੋ ਜਦੋਂ ਟਾਈਮ ਹੁੰਦਾ ਮਾੜਾ ਉਦੋਂ ਪੁੱਛਦਾ ਨਾ ਕੋਈ, ਹੋ ਜਦੋਂ ਟਾਈਮ ਹੁੰਦਾ ਮਾੜਾ ਉਦੋਂ ਪੁੱਛਦਾ ਨਾ ਕੋਈ, ਤੇ ਜਦੋਂ ਚੜ ਜਾਂਦੀ ਗੁੱਡੀ ਆ ਕੇ ਘੋਲ ਘੋਲ ਬਹਿੰਦੇ, ਹੋ ਮੇਰੀ ਮਾਸੀ ਦਾ ਮੁੰਡਾ ਏ, ਮੇਰੇ ਮਾਮੇ ਦਾ ਮੁੰਡਾ ਏ, ਫਿਰ ਸਾਰੇ ਇਹੋ ਕਹਿੰਦੇ, ਹੋ ਮੇਰੀ ਮਾਸੀ ਦਾ ਮੁੰਡਾ ਏ, ਮੇਰੇ ਮਾਮੇ ਦਾ ਮੁੰਡਾ ਏ, ਤੇ ਫਿਰ ਸਾਰੇ ਇਹੋ ਕਹਿੰਦੇ। ਇਹਦਾ ਹੋਰ ਅੰਤਰਾ ਵੀ ਵਧੀਆ ਹੈ ਕੁਛ ਯਾਦ? ਹਾਂਜੀ, ਆਉਣ ਦਿਓ, ਇਹ ਭਾਵੇਂ ਪੂਰਾ ਗੀਤ ਸੁਣਾ ਦਿਓ ਵਧੀਆ ਥੋੜ੍ਹੇ। ਹਾਂਜੀ ਹਾਂਜੀ, ਹੋ ਤੁਹਾਨੂੰ ਕੀ ਪਤਾ ਮੈਂ ਕਿਹੜੇ ਰਾਹਾਂ ਵਿੱਚੋਂ ਲੰਘਿਆ, ਹੋ ਤੁਹਾਨੂੰ ਕੀ ਪਤਾ ਮੈਂ ਕਿਹੜੇ ਰਾਹਾਂ ਵਿੱਚੋਂ ਲੰਘਿਆ, ਹੋ ਮੁੱਲ ਮਿਹਨਤ ਨੇ ਪਾਇਆ ਧੇਲਾ ਕਿਸੇ ਤੋਂ ਨਾ ਮੰਗਿਆ, ਓਏ ਉਹੀ ਮੰਜ਼ਲਾਂ ਨੂੰ ਛੂੰਦੇ, ਓਏ ਉਹੀ ਮੰਜ਼ਲਾਂ ਨੂੰ ਛੂੰਦੇ, ਤੇ ਜਿਹੜੇ ਟਿਕ ਕੇ ਨਾ ਦਿੰਦੇ, ਹੋ ਮੇਰੀ ਮਾਸੀ ਦਾ ਮੁੰਡਾ ਏ, ਮੇਰੇ ਮਾਮੇ ਦਾ ਮੁੰਡਾ ਏ, ਤੇ ਫਿਰ ਸਾਰੇ ਇਹੋ ਕਹਿੰਦੇ। ਵਧੀਆ, ਇਹ ਮੇਰੀ ਹਕੀਕਤ ਲਿਖੀ ਮੈਂ। ਅੱਛਾ, ਇਹ ਰਿਕਾਰਡ ਕਰਨਾ ਹਲੇ? ਹਲੇ ਕਰਨਾ ਜੀ। ਹਾਂਜੀ ਹਾਂਜੀ। ਅੱਛਾ, ਇਹ ਸੋਚਦੇ ਹੋ ਕਿ ਤੁਸੀਂ ਕਰਨਾ ਰਿਕਾਰਡ ਜਾਂ ਲੱਗਦਾ ਵੀ ਸਟੇਜਾਂ 'ਤੇ ਗਾਓ? ਸਟੇਜਾਂ 'ਤੇ ਗਾਊਂਗਾ ਵੈਸੇ ਮੈਂ। ਹਾਂਜੀ ਹਾਂਜੀ। ਅੱਛਾ, ਅੱਛਾ, ਮੈਨੂੰ ਦੱਸਿਓ। ਹਾਂਜੀ ਹਾਂਜੀ, ਹੁਣ ਇਹ ਕਿਵੇਂ ਡਿਸਾਈਡ, ਕਿਉਂ ਡਿਸਾਈਡ ਕਰਦੇ ਹੋ ਕਿ ਇਹ ਸਟੇਜ 'ਤੇ ਗਾਉਣ ਵਾਲਾ ਜਾਂ ਰਿਕਾਰਡ ਕਰਨ ਵਾਲਾ? ਇਹ ਗੱਲਾਂ ਜਿਹੜੀਆਂ ਨੋਰਮਲ ਗੱਲਾਂ ਜੀ, ਇਹ ਹਰ ਪਰਿਵਾਰ ਦੇ ਨਾਲ ਹੀ ਹੁੰਦੀਆਂ ਇਹ।
ਕਾਮਨ ਜੀ ਗੱਲ ਇਹਨੂੰ ਕਹਿੰਦੇ ਸਿੱਧੀ ਜੀ ਗੱਲ ਹੈ ਦਿਲ ਤੇ ਠਾ ਕਰਨ ਕਮਰਸ਼ੀਅਲ ਹੈ ਜਾਂ ਨਹੀਂ ਕਮਰਸ਼ੀਅਲ ਹਾਂਜੀ ਜੇ ਕਮਰਸ਼ੀਅਲ ਹੈ ਫਿਰ ਕਮਰਸ਼ੀਅਲ ਕਰਾਂਗੇ ਭਾਜੀ ਹੁਣ ਹੌਲੀ ਹੌਲੀ ਮੈਂ ਤੁਹਾਨੂੰ ਪਤਾ ਗਾਣੇ ਅੱਜ ਕੱਲ੍ਹ ਬੜੇ ਮਹਿੰਗੇ ਰਿਕਾਰਡ ਹੁੰਦੇ ਇੰਨੇ ਖਰਚੇ ਨਹੀਂ ਅੱਛਾ ਅੱਜ ਆਮ ਗੀਤ ਜਿਹੜਾ ਹੁਣੇ ਤੁਸੀਂ ਗੱਲ ਕੀਤਾ ਕਿੰਨੇ ਕੁ 'ਚ ਇੱਕ ਗੀਤ ਆ ਸਾਰੇ ਲੋਕਾਂ ਤੱਕ ਪੁੱਜਦਾ ਹੋ ਜਾਂਦਾ ਜੇ ਵਧੀਆ ਤਰੀਕੇ ਨਾਲ ਕਰਨਾ ਹੋਵੇ ਘੱਟੋ ਘੱਟ ਜੇ ਬੰਦਾ ਦੇਸੀ ਗੁਰੂ ਤੋਂ ਕਰਾਵੇ ਤਾਂ 1.5 ਲੱਖ ਰੁਪਏ ਲੈਂਦੇ ਹੋ ਮਿਊਜ਼ਿਕ ਦੇ ਕੱਲੇ ਦਾ ਉਹ ਤਾਂ ਮਿਊਜ਼ਿਕ ਦਾ ਹੋ ਗਿਆ ਜੀ ਹਾਂਜੀ ਫਿਰ ਉਹਦੀ ਵੀਡੀਓ ਹੁੰਦੀ ਵਧੀਆ ਜੇ ਕਰਕੇ ਨੋਰਮਲ ਜੇ ਕਰਕੇ ਤਾਂ 1-1.5 ਲੱਖ ਦੀ ਵੀਡੀਓ ਹੁੰਦੀ ਹੈ ਜੇ ਥੋੜ੍ਹਾ ਹਾਈ ਫਾਈ ਕਰਕੇ ਤਾਂ 2-2.5 ਦੇ ਵਿੱਚ ਹੋ ਜਾਂਦੀ ਆ ਫਿਰ ਐਡ ਹੁੰਦੀ ਹੈ ਪੀ ਟੀ ਸੀ ਦੀ ਘੱਟੋ ਘੱਟ ਇੱਕ ਹਫ਼ਤੇ ਦੀ 1,25,000 ਦੀ ਥੋੜੀ 5-7 ਲੱਖ ਅੱਜ ਕੱਲ੍ਹ ਹਾਂਜੀ ਜੇ ਲੋਕਾਂ ਤੱਕ ਪੂਰਿਆਂ ਤੱਕ ਪਹੁੰਚਾਉਣਾ ਤਾਂ 20 ਲੱਖ ਦਾ 20 ਲੱਖ ਦਾ ਖਰਚਾ ਹਾਂਜੀ ਹਾਂਜੀ ਕਿਆ ਬਾਤ ਹੈ ਇਹ ਤਾਂ ਮਹਿੰਗਾ ਹੋ ਗਿਆ ਕੰਮ ਬਹੁਤ ਬਹੁਤ ਜ਼ਿਆਦਾ ਮਹਿੰਗਾ ਜੀ ਅੱਜ ਕੱਲ੍ਹ ਤਾਂ ਕਦੇ ਸੋਚਦੇ ਹੋ ਯਾਰ ਕਿ ਮਹਿੰਗੇ ਵਾਲੇ ਪਾਸੇ ਨੂੰ ਤੁਰ ਪਏ ਨਹੀਂ ਭਾਅ ਜੀ ਦੇਖਿਆ ਜਾਵੇ ਕਈ ਗੱਲ ਤੁਹਾਡੇ ਕਿਰਪਾ ਹੁੰਦੀ ਕਈ ਵਾਰੀ ਅੱਜ ਕੱਲ੍ਹ ਇੰਟਰਨੈਟ ਦਾ ਯੁੱਗ ਆ ਤੁਸੀਂ ਗਾਣਾ ਹੁਣ ਭਾਅ ਜੀ ਹੁਣੇ ਦਰਸ਼ਨ ਲੱਖਣ ਬਾਈ ਸੀਗਾ ਬੜਾ ਗਾਣਾ ਪਾਪੂਲਰ ਹੋਇਆ ਤੇਰੇ ਯਾਰ ਨੂੰ ਅਨੰਗ ਬਣਦਾ ਚੜ ਗਿਆ ਬੁਖਾਰ ਨਡੀਏ ਪਰ ਉਸੇ ਤੇ ਫੇਸਬੁੱਕ ਤੇ ਪਾਪੂਲਰ ਹੋਇਆ ਜਦੋਂ ਗਾਉਣ ਲੱਗੇ ਮੇਰੇ ਖਿਆਲ ਦੇ ਵਿੱਚ ਗੱਲ ਨਹੀਂ ਬਣੀ ਚਲੋ ਉੱਦਾਂ ਭਾਅ ਜੀ ਪਤਾ ਕੀ ਹੋਇਆ ਵੀ ਨਹੀਂ ਬਣੀ ਤਾਂ ਪਰ ਹੈ ਜਦੋਂ ਨਾ ਤਾਂ ਬਣ ਗਿਆ ਪ੍ਰੋਪਰ ਨਾ ਬਣਿਆ ਨਾ ਬਣ ਗਿਆ ਪੈਸੇ ਵਧੀਆ ਕਮਾਲੇ ਬਾਈ ਬਹੁਤ ਸਾਰੇ ਕਲਾਕਾਰ ਸ਼ਾਇਰੀ ਮਾਨ ਹੈ ਉਹ ਮੇਰੇ ਖਿਆਲ ਦੇ ਵਿੱਚ ਯੂਟਿਊਬ ਨੇ ਪਾਪੂਲਰ ਕਰ ਦਿੱਤਾ ਹੋਰ ਬਹੁਤ ਸਾਰੇ ਕਲਾਕਾਰ ਹਾਂਜੀ 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 ਕਾਫੀ ਚਲੋ ਆਪਾਂ ਤਾਂ ਮਿਹਨਤ ਲੱਗੇ ਹੋਏ ਆ ਚਲੋ ਵਾਹਿਗੁਰੂ ਠੀਕ ਹੈ ਨਾ ਕਈ ਵਾਰੀ ਕਹਿੰਦੇ ਹੁੰਦੇ ਆ ਜੀ ਲੱਕੜ ਦਾ ਲੋਹਾ ਤਰ ਜਾਂਦਾ ਹੁਣ ਕਈ ਵਾਰੀ ਅੱਜ ਕੱਲ੍ਹ ਸਾਈਡਾਂ ਚੱਲਦੀਆਂ ਸੋਸ਼ਲ ਸਾਈਡਾਂ ਹੈਗੀਆਂ ਡੀਜੇ ਪੰਜਾਬ ਡੀਜੇ ਚੋਲ ਤੇ ਗਾਣਾ ਗੁਣਾ ਪੈ ਗਏ ਲੋਕ ਕਨੇਡਾ ਅਮਰੀਕਾ ਵਿੱਚ ਬੈਠੇ ਜਾਣੀ ਕਿ ਜ਼ਿਆਦਾਤਰ ਗਾਣੇ ਉੱਥੋਂ ਡਾਊਨਲੋਡ ਕਰਦੇ ਹੈਗੇ ਉੱਦਾਂ ਦਾ ਟਾਈਮ ਨਹੀਂ ਹੁੰਦਾ ਕਿਸੇ ਕੋਲੇ ਕਿਉਂਕਿ ਬਿਜੀ ਲਾਈਫ ਹੁੰਦੀ ਹੈਗੀ ਬਾਕੀ ਰੱਬ ਰੱਖਾ ਜੀ ਨਹੀਂ ਕੰਪਨੀਆਂ ਵਾਲੇ ਬਾਂਹ ਫੜ ਲੈਂਦੇ ਆ ਜੇ ਲੱਗਦਾ ਵੀ ਤੁਹਾਨੂੰ ਤੁਹਾਡਾ ਗੀਤ ਉਹਨਾਂ ਨੂੰ ਚੰਗਾ ਲੱਗਿਆ ਗਾਇਆ ਹੋਇਆ ਲਿਖਿਆ ਹੋਇਆ ਜਾਂ ਬਣਿਆ ਹੋਇਆ ਕੰਪਨੀ ਵਾਲੇ ਕੁਝ ਕਰਦੇ ਕਰਦੇ ਮੇਰਾ ਟੀਸੀ 'ਚ ਗਾਣਾ ਆਇਆ ਸੀ ਮੈਂ 1 ਰੁਪਏ ਨੂੰ ਦਿੱਤਾ ਸੀ ਮੇਰਾ ਉਹਨਾਂ ਨੇ ਰਿਲੀਜ਼ ਕੀਤਾ ਸੀਗਾ ਅੱਛਾ ਜੀ 1 ਹਫ਼ਤੇ ਐਡ ਵੀ ਲਾਈ ਸੀ 4 ਘੜੇ ਵਾਲਾ ਹਾਂਜੀ ਹਾਂਜੀ ਪੀ ਟੀ ਸੀ ਐਡ ਵੀ ਲਾਈ ਸੀਗੀ ਅੱਛਾ ਡਾਇਰੈਕਟਰ ਸੀ ਉੱਥੇ ਭਾਅ ਜੀ ਹੁਣੇ ਸੁਨੀਲ ਕੁਮਾਰ ਜੀ ਬਹੁਤ ਮੇਰੀ ਹੈਲਪ ਵੀ ਕੀਤੀ ਭਾਅ ਜੀ ਉਹਨਾਂ ਨੇ ਦੀਪਾ ਬਿਲਾਸਪੁਰੀ ਜੀ ਹੁਣ ਆਪਾਂ ਹਰ ਸਵਾਲ ਦਾ ਜਵਾਬ 1 ਦੇਣਾ ਜੀ ਭਾਅ ਜੀ ਫਟਾਫਟ ਦੇਣਾ ਜੀ ਭਾਅ ਜੀ ਅੱਜ ਪ੍ਰਾਈਮ ਏਸ਼ੀਆ ਦੇ ਇਸ ਵੱਡੀ ਸਟੇਜ ਦੇ ਉੱਤੇ ਤੁਹਾਨੂੰ 1 ਗੀਤ ਗਾਉਣ ਦਾ ਮੌਕਾ ਕਿਹੜਾ ਗਾਓਗੇ ਹੋ ਪੁੱਤੇ ਆਖੇ ਬਹਿ ਜਾ ਬਾਪੂ ਗੱਲ ਦੱਸਾਂ ਮਨ ਦੀ ਹੋਇਆ ਚੇਤਕ ਪੁਰਾਣਾ ਤੇ ਹੁਣ ਟੌਰ ਜੀ ਨਹੀਂ ਬਣਦੀ ਹੋ ਪੁੱਤੇ ਆਖੇ ਬਹਿ ਜਾ ਬਾਪੂ ਗੱਲ ਦੱਸਾਂ ਮਨ ਦੀ ਹੋਇਆ ਚੇਤਕ ਪੁਰਾਣਾ ਤੇ ਹੁਣ ਟੌਰ ਜੀ ਨਹੀਂ ਬਣਦੀ ਹੋ ਭੈਣਾ 70,000 ਪਹਿਲਾਂ ਭਰਨਾ ਤੇ ਬਾਕੀ ਕਿਸ਼ਤਾਂ ਕਰਾਉਣ ਨੂੰ ਫਿਰੇ ਹੋ ਬਾਪੂ ਕਰਜ਼ੇ 'ਚ ਨੱਕੋ ਨੱਕ ਡੁੱਬਿਆ ਤੇ ਕਾਕਾ ਬੁਲਟ ਲਿਆਉਣ ਨੂੰ ਫਿਰੇ ਹੋ ਬਾਪੂ ਕਰਜ਼ੇ 'ਚ ਨੱਕੋ ਨੱਕ ਡੁੱਬਿਆ ਤੇ ਕਾਕਾ ਬੁਲਟ ਲਿਆਉਣ ਨੂੰ ਫਿਰੇ ਬਹੁਤ ਵਧੀਆ ਅੱਛਾ ਦੀਪੀ ਜਿਹੜੇ ਅੱਜ ਤੱਕ ਜਿੰਨੇ ਵੀ ਤੁਸੀਂ ਆਪਣੇ ਗੀਤ ਲਿਖੇ ਨੇ ਹਾਂਜੀ ਹਾਂਜੀ ਲਗਭਗ ਹਰ ਇੱਕ ਜਦੋਂ ਵੀ ਗੀਤ ਲਿਖਦਾ ਮੈਂ ਵੀ ਲਿਖਦਾ ਮੈਨੂੰ ਲੱਗਦਾ ਹੁੰਦਾ ਜਾ ਰਿਹਾ ਆਹ ਗੀਤ ਵਧੀਆ ਲਿਖਿਆ ਗਿਆ ਪਹਿਲੇ ਠੀਕ ਨਹੀਂ ਸੀ ਹਾਂਜੀ ਹਾਂਜੀ ਅੱਜ ਤੱਕ ਦੇ ਜਿੰਨੇ ਤੁਸੀਂ ਗੀਤ ਲਿਖੇ ਨੇ ਉਹਨਾਂ 'ਚੋਂ ਕੋਈ ਇੱਕ ਇਸ ਤਰ੍ਹਾਂ ਦਾ ਗੀਤ ਹੈ ਜਿਹੜਾ ਤੁਹਾਨੂੰ ਲੱਗਦਾ ਹੋਵੇ ਯਾਰ ਆਹ ਤਾਂ ਮੇਰੇ ਤੋਂ ਕਮਾਲ ਹੀ ਲਿਖਿਆ ਗਿਆ ਸੀ ਦੇਖੋ ਜੀ ਗੱਲ ਹੁੰਦੀ ਇੱਦਾਂ ਕਹਿੰਦੇ ਮਾਵਾਂ ਨੂੰ ਸਾਰੇ ਪੁੱਤ ਪਿਆਰੇ ਹੁੰਦੇ ਆ ਜਿਵੇਂ ਜਿਵੇਂ ਹੁਣ ਮੈਨੂੰ ਕਈ ਵੀ ਲੱਗਦਾ ਹੁੰਦਾ ਹਰ ਕਲਾਕਾਰ ਹੁੰਦਾ ਮੈਂ ਨਹੀਂ ਮੈਨੂੰ ਜਿਵੇਂ ਕੋਈ ਵੀ ਗਾਣਾ ਮੈਂ ਲਾਲਾ ਪੁਰਾਣਾ ਵੀ ਮੇਥੋਂ ਸ਼ਾਇਦ ਕਮੀ ਰਹੇਗੀ ਜਰਾ ਅੱਜ ਮੈਂ ਇਸ ਤਰ੍ਹਾਂ ਇੱਦਾਂ ਦੀ ਗਾਣੇ ਦੀ ਕੰਪੋਜ਼ ਬਣਦੀ ਇੱਦਾਂ ਮਿਊਜ਼ਿਕ ਹੋ ਜਾਂਦਾ ਸੀ ਗਾਣਾ ਚੱਲ ਜਾਂਦਾ ਸੀਗਾ ਪਰ ਮਾਹੌਲ ਦੇ ਹਿਸਾਬ ਨਾਲ ਚੇਂਜ ਕਰਨਾ ਪੈਂਦਾ ਜੀ ਹਾਂਜੀ ਹਾਂਜੀ ਕੋਈ ਲੱਗਦਾ ਪਰ ਫਿਰ ਵੀ ਹੁਣ ਤੱਕ ਦੇ ਲਿਖੇ ਗੀਤਾਂ 'ਚੋਂ ਵੀ ਆਹ ਗੀਤ ਮੇਰਾ ਬੈਸਟ ਗੀਤ ਹੈ ਨਹੀਂ ਸਾਰੇ ਵਧੀਆ ਲੱਗੇ ਠੀਕ ਰਹੇ ਮੈਨੂੰ ਵਧੀਆ ਕੋਈ ਇੱਕ ਖਾਸ ਹਾਂਜੀ ਹਾਂਜੀ ਕਿਉਂਕਿ ਮੈਂ ਸਮੇਂ ਦਾ ਅਨੁਸਾਰ ਢਲਦਾ ਰਹਿੰਦਾ ਕਿਉਂਕਿ ਮੇਰੇ ਜਿਹੜੇ ਪਹਿਲਾਂ ਗਾਣੇ ਆਏ ਸਾਰੇ ਮੈਂ ਪਰਿਵਾਰਕ ਕੀਤੇ ਮੈਸੇਜ ਦਿੱਤਾ ਲੋਕਾਂ ਨੂੰ ਪਰ ਉਹ ਗੱਲ ਨਹੀਂ ਬਣਦੀ ਅੱਜ ਹੁਣ ਪਰਿਵਾਰਕ ਸੁਣਦੇ ਆ ਲੋਕ ਨਹੀਂ ਸੁਣਦੇ ਉਹੀ ਚੱਕਰ ਮੈਂ ਕੀਤੇ ਪਹਿਲਾਂ ਮੇਰਾ ਕਲਚਰ ਵੀ ਗਾਣਾ ਆਇਆ ਮੇਰਾ ਅਤੇ ਹੋਰ ਇੱਕ ਆਇਆ ਸੀ ਕਨੇਡਾ ਆਇਆ ਸੀਗਾ ਪਰ ਕਲਚਰ ਗੀਤ ਸੁਣਾਓ ਬਾਕੀ ਗੱਲਾਂ ਬਾਅਦ 'ਚ ਕਰਾਂ ਹਾਂ ਕਲਚਰ ਹੋ ਗਿਆ ਬਦਲੀ ਤੇ ਸਭ ਲੋਕੀ ਬਦਲ ਗਏ ਭੁੱਲ ਗਏ ਸਾਜ ਪੁਰਾਣੇ ਤੇ ਸਭ ਗਾਣੇ ਬਦਲ ਗਏ ਹੋ ਕਲਚਰ ਹੋ ਗਿਆ ਬਦਲੀ ਤੇ ਸਭ ਲੋਕੀ ਬਦਲ ਗਏ ਭੁੱਲ ਗਏ ਸਾਜ ਪੁਰਾਣੇ ਤੇ ਸਭ ਗਾਣੇ ਬਦਲ ਗਏ ਮੂੰਹ ਵੇਖਣ ਨੂੰ ਤਰਸੇ ਜੇਠ ਸੀ ਘੁੰਡ ਦੇ ਓਲੇ ਤੋਂ ਹੋ ਪੁੱਤਰ ਸਾਹ ਨਹੀਂ ਕੱਢਦਾ ਸੀ ਬਾਪੂ ਦੇ ਬੋਲੇ ਤੋਂ ਸੂਏ ਚੰਗੇ ਸੀ ਲੱਗਦੇ ਗਰਮੀ ਤੋਂ ਗਮਿਆਂ ਨੂੰ ਹੋ ਰੋਣਾ ਆਵੇ ਚੇਤੇ ਕਰਕੇ ਪਿਛਲੇ ਸਮਿਆਂ ਨੂੰ ਹੋ ਰੋਣਾ ਆਵੇ ਚੇਤੇ ਕਰਕੇ ਪਿਛਲੇ ਸਮਿਆਂ ਨੂੰ ਅੱਛਾ ਹੁਣ ਮੈਨੂੰ ਇਹ ਦੱਸੋ ਹਾਂਜੀ ਹਾਂਜੀ ਬਹੁਤ ਸਾਰੇ ਲੋਕ ਚੰਗਾ ਲਿਖਦੇ ਆ ਹਾਂਜੀ ਭਾਅ ਜੀ ਦੀਪਾ ਬਿਲਾਸਪੁਰੀ ਨੇ ਆਪਣਾ ਲਿਖਿਆ ਗੀਤ ਨਹੀਂ ਗਾਉਣਾ ਕਿਸੇ ਹੋਰ ਦਾ ਲਿਖਿਆ ਗੀਤ ਗਾਉਣ ਦੀ ਚੋਇਸ ਹੋਵੇ ਤੁਹਾਡੇ ਕੋਲ ਹਾਂਜੀ ਹਾਂਜੀ ਹੁਣ ਜਿੰਨੇ ਵੀ ਗੀਤਕਾਰ ਨੇ
ਉਹਨਾਂ 'ਚੋਂ ਕਿਹਦਾ ਗੀਤ ਤੁਸੀਂ ਰਿਕਾਰਡ ਕਰਨ ਬਾਰੇ ਸੋਚੋਗੇ ਯਾਰ ਆਪਾਂ ਇਹਦਾ ਕਰੀਏ? ਹੁਣ ਭੱਜ ਗਿਆ ਮੇਰੇ ਵੱਡਾ ਵੀਰ ਬਾਈ ਜੱਗਾ ਭਤਾਲੀਵਾਲ ਦਾ ਗਾਣਾ ਆ ਰਿਹਾ ਸਾਡਾ, ਜੁੱਤੀ ਕਹਿਵਾਂ ਸੁਣੀ ਬਹੁਤ ਜਲਦੀ ਜੇ, ਇਹਦਾ ਮਿਊਜ਼ਿਕ ਉਹ ਕੀਤਾ ਭਾਅ ਜੀ ਜੱਸੀ ਬ੍ਰਦਰ ਭਾਅ ਜੀ ਹੁਣ ਨੇ ਕੀਤਾ ਮਿਊਜ਼ਿਕ ਇਹਦਾ। ਅਤੇ ਬਾਕੀ ਮੇਰੀ ਮੇਰੇ ਪਿੰਡ ਦਾ ਬਾਈ ਅਮਨ ਬਿਲਾਸਪੁਰੀ ਨਵੇਂ ਨਵੇਂ ਆਏ ਪੰਜਾਬ ਤੋਂ, ਹੌਲੀ ਹੌਲੀ ਕਰਾਂਗੇ ਤਰੱਕੀਆਂ। ਚਲੋ ਇਹਨਾਂ ਨੇ ਸਾਡੇ ਪਿੰਡ ਦਾ ਬਹੁਤ ਨਾਮ ਚਮਕਾਇਆ ਸਾਰਾ ਦਾ। ਹਾਂਜੀ, ਅਤੇ ਮੈਂ ਮੇਲੇ 'ਚ ਹੱਸਣ ਵਾਲੀ ਗੱਲ ਇੱਕ ਥੋੜ੍ਹੀ ਜੀ, ਮੈਂ ਮੇਲਾ ਹੋਇਆ ਸੀ ਇੱਥੇ ਰੋਟਰੀ ਕਲੱਬ ਸਟੇਡੀਅਮ ਵਿੱਚ, ਐਬਸਫੋਰਡ ਜੀ। ਜਦੋਂ ਮੈਂ ਸਟੇਜ 'ਤੇ ਜਾ ਰਿਹਾ ਸੀਗਾ, ਕਹਿੰਦਾ ਤੁਹਾਡੇ ਪਿੰਡ ਸਾਰੇ ਬਿਲਾਸਪੁਰ ਦੇ ਕਲਾਕਾਰ ਹੀ ਆ, ਕਹਿੰਦਾ ਸਾਰੇ ਹਨ ਜੀ, ਕਹਿੰਦਾ ਜੱਗਾ ਧਾਲੀਵਾਲ। ਮੈਂ ਪਹਿਲਾਂ ਗੱਲ ਕਰਕੇ ਹਟਿਆ ਜੀ, ਤੁਹਾਨੂੰ ਵੀ ਤੁਹਾਡੇ ਪਿੰਡ ਦਾ ਪਾਣੀ ਤਾਂ ਨਹੀਂ ਇਹ ਜਿਹੜਾ ਕਲਾਕਾਰ ਪੈਦਾ ਕਰਦਾ ਫਿਰ? ਹਾਂਜੀ, ਹਾਲੇ ਹੋਰ ਬੜੇ ਉੱਠ ਰਹੇ ਹੈਗੇ, ਨਿੱਕੇ ਮੋਟੇ ਕਲਾਕਾਰ ਬੜੇ ਕਾਫੀ। ਹਾਂਜੀ ਜੀ। ਅੱਛਾ, ਮੈਨੂੰ ਹੁਣ ਇੱਕ ਇਹ ਦੱਸਿਓ, ਹਾਂਜੀ, ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਅੱਜ ਸਮਾਂ ਬਦਲ ਗਿਆ, ਤੁਹਾਡਾ ਗੀਤ ਹੀ ਦੱਸ ਰਿਹਾ, ਗੀਤ ਬਦਲ ਗਏ, ਮਿਊਜ਼ਿਕ ਬਦਲ ਗਿਆ, ਸਭ ਕੁਝ ਬਦਲਦਾ, ਕਲਚਰ ਬਦਲ ਗਿਆ। ਹਾਂਜੀ ਹਾਂਜੀ ਹਾਂਜੀ। ਜੇ ਬਜਟ ਦੀ ਕੋਈ ਸਮੱਸਿਆ ਨਹੀਂ, ਹਾਂਜੀ ਹਾਂਜੀ, ਤੁਹਾਡੇ ਕੋਲ ਇਹ ਚੋਇਸ ਹੋਵੇ ਕਿ ਤੁਸੀਂ ਪਿੱਕ ਕਰਨਾ ਕਿ ਕਿਹੜੇ ਮਿਊਜ਼ਿਕ ਡਾਇਰੈਕਟਰ ਤੋਂ ਮਿਊਜ਼ਿਕ ਕਰਾਉਣਾ, ਕਿਹਦੇ ਨਾਲ ਕਰਨਾ ਚਾਹੋਗੇ? ਹਾਂਜੀ ਹਾਂਜੀ ਹਾਂਜੀ, ਕਿਹਦੇ ਨਾਲ ਕਰੋਗੇ? ਅੱਜ ਕੱਲ੍ਹ ਜਿਵੇਂ ਚੱਲ ਰਹੇ ਬਥੇਰੇ ਕਲਾਕਾਰ, ਹੁਣ ਕਈ ਵਾਰੀ ਮਿਊਜ਼ਿਕ ਡਾਇਰੈਕਟਰ ਹੈਗੇ ਬਹੁਤ ਹਾਈ ਲੈਵਲ ਦੇ ਹੈਗੇ, ਦੀਪ ਜੰਡੂ ਭਾਜੀ ਹੋਣੀ ਆ, ਮੇਰੀ ਸੋਚ ਉਹਨਾਂ ਨਾਲ ਕਰਨਾ ਚਾਹੋਗੇ? ਮੇਰੀ ਸੋਚ ਆ, ਮੈਂ ਕਰੂੰਗਾ ਜੀ। ਅੱਛਾ, ਹੁਣ ਅਗਲਾ ਵੀਡੀਓ ਦੀ, ਕਿਉਂਕਿ ਗੀਤ ਸੁਣਨ ਦੇ ਨਾਲ ਨਾਲ ਦੇਖਣ ਦੇ ਨੇ। ਹਾਂਜੀ ਹਾਂਜੀ ਹਾਂਜੀ। ਵੀਡੀਓ ਕਿਹਦੇ ਨਾਲ ਕਰਨਾ ਚਾਹੋਗੇ ਜੇ ਬਜਟ ਦੀ ਕੋਈ ਸਮੱਸਿਆ ਨਾ ਹੋਵੇ ਤਾਂ? ਬਜਟ ਦੀ ਸਮੱਸਿਆ ਫਿਰ ਤਾਂ ਭਾਈ ਸੁੱਖ ਸਿੰਘ ਭਾਜੀ ਹੋਣੀ ਹੈਗੀ, ਸੁੱਖ ਨਾਲ। ਹੁਣ ਅਗਲੀ ਗੱਲ, ਹਾਂਜੀ ਹਾਂਜੀ, ਫਿਲਮਾਂ ਵੇਖਦੇ ਹੋ? ਹਾਂਜੀ ਹਾਂਜੀ। ਅੱਜ ਤੱਕ ਦੀ ਜੇ ਤੁਹਾਨੂੰ ਕੋਲ 2 ਘੰਟੇ ਦਾ ਫ੍ਰੀ ਟਾਈਮ ਹੋਵੇ, ਕੋਈ ਫਿਲਮ ਦੇਖਣੀ ਹੋਵੇ, ਇੱਕ, ਸਾਰੀਆਂ ਫਿਲਮਾਂ ਆਪਣੇ ਕੋਲ ਨੇ, ਕਿਹੜੀ ਦੇਖੋਗੇ? 2 ਘੰਟੇ ਟਾਈਮ ਤਾਂ ਵੈਸੇ ਅੱਜ ਕੱਲ੍ਹ ਹੈ ਨਹੀਂ ਕਿਸੇ ਕੋਲ ਬੰਦੇ ਕੋਲ, ਆਪਣੇ ਕੋਲ ਹੈਗਾ, ਆਪਾਂ ਫਿਲਮ ਦੇਖਣੀ ਹੈ, ਕਿਹੜੀ ਦੇਖੋਗੇ? ਫਿਲਮ ਦੇਖੋ, ਪੁਰਾਣੀਆਂ ਫਿਲਮਾਂ ਵਧੀਆ ਸੀਗੀਆਂ, ਹੁਣ ਮੈਂ ਦੇਖ ਕੇ ਸੀ ਵਧਾਈਆਂ ਵਧਾਈਆਂ, ਬੜੀ ਵਧੀਆ ਫਿਲਮ ਸੀ, ਮੈਂ ਦੇਖੀ ਹੈ ਕਿ ਮੈਂ ਆਉਣ ਤੋਂ ਪਹਿਲਾਂ ਕੈਨੇਡਾ ਆਉਣ ਤੋਂ ਪਹਿਲਾਂ ਦੇਖੀ ਆ। ਅੱਛਾ ਜੀ, ਹਾਂਜੀ, ਬੜੀ ਵਧੀਆ ਲੱਗੀ ਫਿਲਮ। ਅਤੇ ਜਿਹੜੇ ਪੰਜਾਬੀ ਦੇ ਐਕਟਰ ਨੇ, ਹਾਂਜੀ ਹਾਂਜੀ, ਆਪਾਂ ਇੱਕ ਫਿਲਮ ਬਣਾਉਣੀ ਹੈ, ਮੈਂ ਫਿਲਮ ਬਣਾਉਣ ਲੱਗਾ, ਮੈਂ ਤੁਹਾਨੂੰ ਪੁੱਛਣਾ ਵੀ ਆਪਾਂ ਕਿਹੜੇ ਬੰਦੇ ਨੂੰ ਹੀਰੋ ਲੈਣਾ, ਕਿਹਦਾ ਕਿਹਦਾ ਸੁਜੈਸਟ ਕਰੋਗੇ ਮੈਨੂੰ ਕਿ ਇਹਨੂੰ ਲੈ ਲਓ? ਜਸਵਿੰਦਰ ਭੱਲਾ ਜੀ ਹੈਗੇ ਆ ਹੀਰੋ, ਹੀਰੋ ਹੀਰੋ ਦਲਜੀਤ ਨੂੰ, ਦਲਜੀਤ ਦਲਜੀਤ ਸਾਂਝ, ਕਿਉਂਕਿ ਤੁਸੀਂ ਉਹਨਾਂ ਨਾਲ ਕੰਮ ਕੀਤਾ। ਨਹੀਂ, ਕੰਮ ਦੀ ਗੱਲ ਨਹੀਂ, ਚਲੋ ਬੰਦਾ ਭਾਜੀ ਹੁਣੀ ਹਰ ਪੱਖੋਂ ਤਿਆਰ ਰਹਿਣੀ ਕਿ। ਅੱਛਾ, ਅਤੇ ਹੀਰੋਇਨ? ਹੀਰੋਇਨ ਹੈਗੀ ਜੀ ਨੀਰੂ ਬਾਜਵਾ। ਨੀਰੂ ਬਾਜਵਾ। ਅਤੇ ਹੁਣ ਜੇ ਇੱਕ ਕਲਾਕਾਰ ਸੁਣਨਾ ਹੋਵੇ ਆਪਾਂ, ਹਾਂਜੀ ਹਾਂਜੀ, ਸਾਰੇ ਕਲਾਕਾਰ ਆਪਣੇ ਕੋਲ ਬੈਠੇ ਨੇ ਜਿਹੜੇ ਅੱਜ ਤੱਕ ਦੇ ਵੀ ਪੰਜਾਬੀ ਹੋਏ ਨੇ ਨਵਿਆਂ ਤੱਕ, ਠੀਕ ਹੈ ਜੀ, ਦੀਪਾ ਬਿਲਾਸਪੁਰੀ ਕਿਹਨੂੰ ਕਹੋ ਉੱਠ ਯਾਰ ਮੈਨੂੰ ਇੱਕ ਗੀਤ ਸੁਣਾ, ਕੌਣ ਹੋਣਗੇ ਉਹ ਕਲਾਕਾਰ? ਤਾਂ ਇੱਦਾਂ ਕੋਈ ਕੋਈ ਇੱਕ ਤੁਹਾਡੀ ਪਸੰਦ, ਕੋਈ ਕੋਈ ਨਹੀਂ ਪਸੰਦ ਹੈਗੀ? ਹੁਣ ਕੌਣ ਪਰ ਗਾਊ ਕੌਣ? ਮੈਂ ਕਹਾਂਗਾ ਨਾ ਜਿਹਨੂੰ। ਅੱਛਾ ਅੱਛਾ, ਦੀਪਾ ਬਿਲਾਸਪੁਰੀ ਭਾਈ ਤੁਹਾਨੂੰ ਸੁਣਨਾ ਚਾਹੁੰਦਾ, ਉੱਠੋ। ਓਕੇ ਓਕੇ, ਮੈਂ ਦਲਜੀਤ ਨੂੰ ਬਹੁਤ ਪਸੰਦ ਕਰਦਾ। ਦਲਜੀਤ ਦਾ ਕਿਹੜਾ ਗੀਤ ਜੀ? ਕਿਉਂਕਿ ਗੀਤ ਵੀ ਇੱਕ ਹੀ ਗਾਉਣਾ ਉਹਨਾਂ ਨੇ, ਫਿਰ ਜਦੋਂ ਪੰਗਾ ਪੈ ਜਾਵੇ, ਜਦੋਂ ਪੰਗਾ ਪੈ ਜਾਵੇ। ਹਾਂਜੀ ਹਾਂਜੀ। ਕਦੇ ਆਪ ਵੀ ਗਾਇਆ ਗੀਤ ਇਹ? ਆਪ ਤਾਂ ਸਟੇਜਾਂ 'ਤੇ ਗਾਉਂਦੇ ਮਾੜਾ ਮੋਟਾ। ਯਾਦ ਹੈ ਜੀ? ਨਹੀਂ ਯਾਦ ਨਹੀਂ ਮੈਨੂੰ ਗਾਣਾ, ਨਹੀਂ ਯਾਦ। ਉਹ ਜ਼ਿਆਦਾਤਰ ਮੋਸਟਲੀ ਮੈਂ ਮਾਮਾ ਜੀ ਦੇ ਮੈਨੂੰ ਗੀਤ ਯਾਦ ਆ ਜਾਂ ਮੈਂ ਆਪਣੇ ਗਾਉਣਾ ਹੋਣਾ। ਕਿਤੇ ਮਾਮਾ ਜੀ ਤਾਂ ਨਾਰਾਜ਼ ਹੋ ਜਾਣਗੇ ਯਾਰ, ਇੱਥੇ ਜਦੋਂ ਵਿਆਹ ਆ ਇੱਕ ਕਲਾਕਾਰ ਨੂੰ ਸੁਣਾਉਂਦਾ ਤੂੰ ਦਲਜੀਤ ਨੂੰ ਸੁਣਨ ਲੱਗ ਗਿਆ? ਨਹੀਂ ਨਹੀਂ, ਇੱਦਾਂ ਦੀ ਗੱਲ ਨਹੀਂ, ਕਿਉਂਕਿ ਇਹ ਪ੍ਰੋਫੈਸ਼ਨਲ ਕਲਾਕਾਰ ਨਹੀਂ ਕਰਦਾ ਇੱਦਾਂ। ਅੱਛਾ, ਹਾਂਜੀ ਹਾਂਜੀ। ਅੱਛਾ, ਹੁਣ ਮੈਨੂੰ ਇਹ ਦੱਸਿਓ, ਹਾਂਜੀ ਹਾਂਜੀ, ਹੁਣ ਤੁਸੀਂ ਆਸਟ੍ਰੇਲੀਆ ਵੀ ਜਾ ਆਏ, ਹੁਣ ਕੈਨੇਡਾ ਵੀ ਟੂਰ ਕਰ ਲਿਆ, ਹਾਂਜੀ ਹਾਂਜੀ, ਅਤੇ ਇੰਡੀਆ ਦੇ ਵਿੱਚ ਵੀ ਟਾਵੇਂ ਟਾਵੇਂ ਤੁਹਾਡੇ ਪ੍ਰੋਗਰਾਮ ਲੱਗਦੇ, ਦਿਲਜੀਤ ਨਾਲ ਵੀ ਕਈਆਂ ਥਾਵਾਂ 'ਤੇ ਤੁਸੀਂ ਗਏ ਹੋਵੋਗੇ। ਹਾਂਜੀ ਹਾਂਜੀ। ਕੋਈ ਵੇਲਾ ਹੁੰਦਾ ਸੀ ਲੋਕ ਕਲਾਕਾਰਾਂ ਨੂੰ ਬਹੁਤ ਇੱਜ਼ਤ ਦਿੰਦੇ ਸੀ, ਇੱਕ ਵੇਲਾ ਆ ਗਿਆ ਲੋਕ ਦੂਰ ਹੋਣ ਲੱਗ ਗਏ। ਹਾਂਜੀ ਹਾਂਜੀ। ਅੱਜ ਕਲਾਕਾਰਾਂ ਨੂੰ ਤੁਹਾਨੂੰ ਕੀ ਲੱਗਦਾ ਹੈ ਕਿ ਲੋਕ ਬਹੁਤ ਪਿਆਰ ਕਰਦੇ ਆ ਜਾਂ ਕਲਾਕਾਰ ਲੋਕਾਂ ਤੋਂ ਦੂਰ ਹੋ ਗਏ ਜਾਂ ਇਹ ਬਹੁਤ ਨੇੜੇ ਹੋ ਗਏ, ਕਿਵੇਂ ਅੱਜ ਅੱਜ ਜੇ ਅੱਜ ਦੀ ਗੱਲ ਕਰੀਏ? ਅੱਜ ਕੱਲ੍ਹ ਕਰੀਏ ਗੱਲ ਭਾਅ ਜੀ, ਇਹ ਕਲਾਕਾਰਾਂ ਦਾ ਰੇਟ ਬਹੁਤ ਹਾਈ ਆ ਗਈ। ਅੱਛਾ ਜੀ। ਸਭ ਤੋਂ ਵੱਡੀ ਗੱਲ ਤਾਂ ਇਹ ਆ, ਹਰ ਬੰਦੇ ਦੀ ਪਹੁੰਚ ਤੋਂ ਦੂਰ ਆ, ਕਿਉਂਕਿ ਪਹਿਲਾਂ ਹੁੰਦੇ ਸੀ ਰੇਟ ਹੁੰਦੇ ਸੀ ਨੋਰਮਲ ਰੇਟ ਸੀਗੇ, ਹਰ ਬੰਦੇ ਦੀ ਖੁਆਇਸ਼ ਹੁੰਦੀ ਸੀ ਮੈਂ ਆਹ ਕਲਾਕਾਰ ਲੈ ਕੇ ਆਵਾਂ। ਅੱਜ ਕੱਲ੍ਹ ਸਿਰਫ ਅਗਲਾ ਕਹਿੰਦਾ ਛੱਡੋ ਪਰੇ ਕਲਾਕਾਰ ਕੀ ਕਰਨਾ, ਡੀ ਜੇ ਲਾਓ। ਇਹ ਪ੍ਰੋਗਰਾਮ ਘਟਣ ਦਾ ਇਹ ਵੀ ਕਾਰਨ? ਇਹ ਵੀ ਕਾਰਨ, ਹਾਂਜੀ ਹਾਂਜੀ, ਡੀ ਜੇ ਲਾ ਲੈਂਦੇ ਆ ਜਾਂ ਗਿੱਧੇ ਭੰਗੜੇ ਵਾਲੇ, ਅਗਲਾ ਕਹਿੰਦਾ 2 ਘੰਟੇ ਮਨੋਰੰਜਨ ਕਰਨਾ ਉਹ ਠੀਕ ਆ। ਕਿਉਂਕਿ ਪਹਿਲਾਂ ਹੁੰਦਾ ਸੀ, ਜ਼ਮਾਨਾ ਹੁੰਦਾ ਸੀਗਾ, ਬੜਾ ਲੋਕਾਂ ਨੂੰ ਟੌਹਰ ਹੁੰਦੀ ਸੀ ਸਾਡੇ ਕਲਾਕਾਰ ਆਹ ਕਲਾਕਾਰ ਜਾ ਰਿਹਾ ਸਾਡੇ ਆ ਰਿਹਾ, ਕਿਉਂਕਿ ਉਹਨਾਂ ਸੇ 90-92 ਦੀ ਗੱਲ ਹੈ ਮੈਨੂੰ ਯਾਦ ਆ, ਜਿਹਨੂੰ ਕਿ ਜਿਹਨੂੰ ਮਾਮਾ ਜੀ ਦੇ ਕਾਫੀ ਗਾਣੇ ਚੱਲੇ ਸੀ ਉਸ ਟਾਈਮ, ਬਹੁਤ ਹਿੱਟ ਸੀ, ਅਤੇ ਉਹ ਲੋਕ ਪੁੱਛ ਕੇ ਵਿਆਹ ਰੱਖਦੇ ਹੁੰਦੇ ਸੀਗੇ ਵੀ ਮੁੰਡੇ ਸਾਹਿਬ ਵਿਹਲੇ ਹੋ ਤੁਸੀਂ, ਵੀ ਮੁੰਡੇ ਜਿਹੜੇ ਵਿਆਹ ਵਾਲੇ ਸੀ ਉਹ ਕਰਵਾਉਂਦੇ ਨਹੀਂ ਸੀ ਵਿਆਹ, ਵੀ ਜੇ ਮੰਡੀ ਸਾਹਿਬ ਵਿਹਲੇ ਹੋਣਗੇ ਤਾਂ ਫਿਰ ਕਰਾਵਾਂਗੇ। ਉਹ ਡੇਟ ਰੱਖਾਂਗੇ, ਉਹ ਡੇਟ ਰੱਖਾਂਗੇ। ਅੱਜ ਕੱਲ੍ਹ ਤਾਂ ਬਹੁਤ ਘੱਟ ਹੋਣਗੇ, ਕਹਿਣ ਨੂੰ ਕਲਾਕਾਰ ਬਹੁਤ ਕਈ ਹਨ ਪਰ ਬਹੁਤ ਜ਼ਿਆਦਾ, ਪਰ ਇੰਨਾ ਕੰਮ ਹੈ ਨੀਗਾ ਪਹਿਲਾਂ ਜਿੰਨਾ। ਅੱਛਾ, ਮੈਨੂੰ ਹੁਣ ਦੱਸੋ ਤੁਸੀਂ ਕਿਹਾ ਮੈਂ ਸੁਨੇਹੇ ਵਾਲੇ ਗੀਤ ਬਹੁਤ ਗਾ ਲਏ, ਲੋਕ ਕੁਝ ਸੁਣਦੇ। ਹਾਂਜੀ ਹਾਂਜੀ।
सो हुण दीपा बिलासपुरी इस वक्त बहुत सारे नामवर कलाकार ने तुहानू गा भी लिया ते तुसी खुद भी गा रहे हो। एक ड्यूट गाना मैं कर रहा बहुत जल्द हुण दीप ढिल्लों जी नाल, दीपक नाल। हाँ जी हाँ जी, वो तो नहीं हाले सुनाउणा जी, सुना दे लैणा तुहानू चाह जी। वो बड़े वीर भाई जगत वाले लिखा गाना। हाँ जी हाँ जी, सुन बे मुंडे आ जांदा जांदा तू सुल जा जा ताणी, पहला पहला पानी भर के मुड़ गई सारी टाणी। सुन बे मुंडे आ जांदा जांदा तू सुल जा जा ताणी, पहला पहला पानी भर के मुड़ गई सारी टाणी। दूर नेड़े ना दिसदा कोई, दूर नेड़े ना दिसदा कोई, रह गई कली नवाणी कड़ा चका जावे, नाले पी जा पानी कड़ा चका जावे, नाले पी जा पानी कड़ा चका जावे। हो मैं प्यासा ही चंगा कुड़िए हथ जोड़दा हाड़ा, मैं प्यासा ही चंगा कुड़िए हथ जोड़दा हाड़ा, तेरे तेज पै गया पानी, तेरे तेज पै गया पानी, हो जू मेरा कवाड़ा ने फिर तू आखेंगी, पुत जट्टां दा माड़ा ने फिर तू आखेंगी, पुत जट्टां दा माड़ा ने फिर तू आखेंगी। दीपा बिलासपुरी जी गल्लां बातां करदियां करदियां समां लगभग समाप्त है, अखीर दे विच दर्शकां नूं की कहोगे? दर्शकों भाजी बस वधिया सुनो, बस यही मेरी मैसेज आ भी ठीक है नहीं, जे कलाकार माड़ा गाउंदे आ तां उहनां नूं रोकणा इह, क्योंकि कलाकार भी जे पब्लिक सुणदी आ तां तां ही गाउंदा जी। जी ठीक है जी, सो इस दे नाल ही समें दी समाप्ति है। ठीक है, तुहाडा समां सांझा करन वास्ते तहे दिलों धन्नवाद। सति श्री अकाल। सति श्री अकाल। सति श्री अकाल जी। दोस्तों ये गायक ते गीतकार दीपा बिलासपुरी जिन्होंने अपने कुछ दिल दीआं गल्लां बातां तुहाडे नाल सांझीआं कीतीआं ने। प्रोग्राम साडा ये तुहानूं किवें लग्गिआ लिख भेजो, असीं उड़ीक करांगे। अज दे समें दी समाप्ति है, जाण तों पहलां कहना चाहुंदा है जिंदगी जिंदा दिली दा नाम है। कल फिर किसी नवें ते नवेकले प्रोग्राम नाल मुड़ हाजिर होवांगा, उदों तक वेखते रहो प्राइम एशिया, तुहाडा अपना तुहाडे लई दविंदर सिंह बैनीपाल आ गया चाहुंदा है। सति श्री अकाल। सो 50 दे करीब देशों च वसते पंजाबियों दे टीवी सैट्स ते स्काई टीवी चैनल 743, वर्जन टीवी चैनल 840, प्रीव्यू चैनल नंबर 264 ते ब्रिटिश एशिया टीवी है जिथे, प्राइम एशिया टीवी है उथे।